ਆਪਣੀ ਭਗਤੀ ਲਾਏ ਜਿਤੇ ਸ਼ਰਨ ਆਏ ਹੈ ਤੇਤੇ ਰਾਖ ਲਏ ਹੈ ਜਿਤੇ ਸ਼ਰਨ ਆਏ ਹੈ ਤੇਤੇ ਰਾਖ ਲਏ ਹੈ ਬਿਨਾ ਸ਼ਰਨ ਤਾਕੀ ਨਹੀਂ ਔਰ ਓਟੰ ਬਚੇਗਾ ਨਾ ਕੋਈ ਕਰੇ ਕਾਲ ਚੋਟੰ ਬਿਨਾ ਸ਼ਰਨ ਤਾਕੀ ਨਹੀਂ ਔਰ ਓਟੰ ਬਚੇਗਾ ਨਾ ਕੋਈ ਕਰੇ ਕਾਲ ਚੋਟੰ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰਵਡ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰਵਡ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਸਵੇਰ ਦੇ 8 ਵਜੇ ਤੇ ਕਿਸੇ ਦਾ ਦਰਵਾਜ਼ਾ ਖੜਕਿਆ ਬਾਹਰ ਜਾ ਕੇ ਵੇਖਿਆ ਅਤੇ ਪੜੋਸਣ ਸੀ ਪੜੋਸਣ ਕਿਹਨੂੰ ਕਹਿੰਦੇ ਆਪਾਂ ਗੁਆਂਢੀ ਨੂੰ ਅਮੀਰ ਸੀ ਆਣ ਕੇ ਨਾਮਦੇਵ ਨੂੰ ਕਹਿੰਦੀ ਨਾਮਦੇਵ ਤੇਰੀ ਛਪਰੀ ਇੰਨੀ ਸੋਹਣੀ ਛਪਰੀ ਇੰਨੀ ਹਨੇਰੀ ਚੱਲੀ ਸਾਰਿਆਂ ਦੀਆਂ ਛਪਰੀਆਂ ਉਡਾ ਕੇ ਲੈ ਗਈ ਤੇਰੀ ਛਪਰੀ ਇੰਨੀ ਮਜ਼ਬੂਤ ਇੰਨੀ ਸੋਹਣੀ ਕਿਤਨਾ ਬਣ ਗਈ ਅੱਗੋਂ ਨਾਮਦੇਵ ਕਹਿੰਦਾ ਮੈਨੂੰ ਮਿਸਤਰੀ ਚੰਗਾ ਮਿਲ ਗਿਆ ਮਿਸਤਰੀ ਸਾਰੇ ਬੋਲੋ ਇਸ਼ਾਰਾ ਤਾਂ ਛਪਰੀ ਦਾ ਕੀਤਾ ਹੈ ਵੈਸੇ ਅਵਸਥਾ ਰੂਪੀ ਛਪਰੀ ਦੀ ਗੱਲ ਆ ਬੜਿਆਂ ਬੜਿਆਂ ਪੰਡਤਾਂ ਦੀਆਂ ਛਪਰੀਆਂ ਡਿੱਗ ਪਈਆਂ ਅੱਜ ਨਹੀਂ ਵੇਖਦੇ ਕਿੰਨੇ ਕਿੰਨੇ ਸੰਤ ਮਹਾਤਮਾ ਦੀਆਂ ਖਬਰਾਂ ਸੁਣਦੇ ਹੋ ਕੱਲ੍ਹ ਤੱਕ ਦੇ 108 ਬ੍ਰਹਮ ਗਿਆਨੀ
ਅੱਜ ਕਿੱਥੇ ਗਏ? ਉਡਾ ਕੇ ਲੈ ਗਈ ਹਨੇਰੀ ਅੱਖੋ ਵਾਹਿਗੁਰੂ। ਕਾਮ ਦੀ ਹਨੇਰੀ ਆਈ, ਉਡਾ ਕੇ ਲੈ ਗਈ। ਲੋਭ ਦੀ ਹਨੇਰੀ ਆਈ, ਉਡਾ ਕੇ ਲੈ ਗਈ। ਇੰਨੀ ਮਜ਼ਬੂਤ ਛਪਰੀ, ਪਤਾ ਲੱਗ ਰਿਹਾ, ਇੰਨੀ ਮਜ਼ਬੂਤ ਛਪਰੀ ਤੂੰ ਬਣਵਾਈ ਆ, ਅਤੇ ਤੂੰ ਕਹਿੰਦਾ ਮੈਨੂੰ ਮਿਸਤਰੀ ਚੰਗਾ ਮਿਲ ਗਿਆ। ਐਡਰੈਸ ਤਾਂ ਦੇ ਉਸ ਮਿਸਤਰੀ ਦਾ, ਕਿੱਥੇ ਚਲੇ ਗਏ ਹਰਦਿਆਲ ਸਿੰਘ? ਉਸ ਮਿਸਤਰੀ ਦਾ ਐਡਰੈਸ ਤਾਂ ਦੇ ਜਿਹਨੇ ਇੰਨੀ ਮਜ਼ਬੂਤ ਬਣਾਈ ਤੇਰੀ ਛਪਰੀ, ਵੀ ਇੰਨੀ ਹਨੇਰੀ ਚੱਲਣ ਦੇ ਬਾਵਜੂਦ ਵੀ ਇੱਕ ਤੀਲਾ ਨਹੀਂ ਹਿੱਲਿਆ। ਕਰਾਮਾਤੀ ਸੀ ਨਾ ਆਖੋ ਵਾਹਿਗੁਰੂ, ਵੀ ਇੰਨੀ ਵਾਸ਼ਨਾ ਦੀ ਹਨੇਰੀ ਚੱਲੀ ਹੋਵੇ ਵੀ ਕੋਈ ਸਾਬਤ ਦਾਣਾ ਰਿਹਾ ਹੀ ਨਹੀਂ। ਇੱਕ ਬਾਣੀ ਵਿੱਚ ਆਪ ਜੀ ਆਸਾ ਕੀ ਵਾਰ ਵਿੱਚ ਪੜ੍ਹਦੇ ਹੋ, ਨੌਜਵਾਨੋ ਗੁਰਸਿੱਖੋ ਜਿਹੜੇ ਬਾਣੀ ਪੜ੍ਹਦੇ, ਬੀਓ ਬੀਜ ਪੱਤ ਪੱਤ ਮਿੰਜ, ਅੱਛਾ ਬੀਜ ਨਾਲ ਇੱਜ਼ਤ ਦਾ ਕੀ ਲੈਣਾ ਦੇਣਾ? ਪੱਤੇ ਜਿਨ੍ਹਾਂ ਨੇ ਬੀਜ ਬੀਜਿਆ ਸੀ ਨਾ ਉਹਨਾਂ ਦੇ ਪੱਤੇ ਆ ਗਏ। ਬੀਓ ਬੀਜ, ਬੀਜ ਦਾ ਸੰਬੰਧ ਪੱਤੇ ਨਾਲ ਆ, ਇੱਜ਼ਤ ਨਾਲ ਨਹੀਂ। ਆਖੋ ਵਾਹਿਗੁਰੂ, ਇੱਧਰ ਆ ਸਾਹਮਣੇ, ਇੱਥੇ ਕਾ ਬੀਓ ਬੀਜ ਪੱਤ ਲੈ ਗਿਆ। ਅਤੇ ਅੱਗੇ ਪਤਾ ਕੀ ਲਿਖਿਆ? ਆਬ, ਥੋੜ੍ਹਾ ਹਟ ਕੇ ਹਟ ਕੇ ਇੱਧਰ ਨੂੰ ਜਾ, ਆਬ ਬੋਲੋ, ਆਬ ਮੈਨੇ ਅੱਬ ਕਿਉਂ ਉਗਵੇ? ਦਾਲ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੋਵੇ ਉਦੋਂ ਗਰਮ ਹੁੰਦਾ, ਜਦੋਂ ਦਫਾੜ ਹੋ ਜਾਵੇ ਉਦੋਂ ਵਾਈ ਹੋ ਜਾਂਦਾ। ਅੱਜ ਮਨੁੱਖ ਦੀ, ਸਾਰੇ ਮਨੁੱਖਤਾ ਦੀ, ਕੋਈ ਕਿਤੇ ਭਾਗਾਂ ਵਾਲੀ ਕੋਈ ਰੂਹ ਛੱਡ ਕੇ ਸਾਰਿਆਂ ਦੀ ਸੁਰਤ ਦਫਾੜ ਹੋਈ। ਮੱਥਾ ਡਿੱਗਦੇ ਨੇ, ਆਖੋ ਵਾਹਿਗੁਰੂ, ਮੱਥਾ ਆਣ ਕੇ, ਮਗਰ ਵਿੱਚ ਸੁਰਤ ਦੇ ਦੁਫਾੜ ਪਾਨਿਆ ਵੀ ਪਤਾ ਨਹੀਂ ਮੇਰੀ ਮੰਗ ਪੂਰੀ ਹੋਣੀ ਹੈ ਕਿ ਨਹੀਂ। ਮੱਥਾ ਤਾਂ ਮੈਂ ਟੇਕਿਆ, ਪਤਾ ਨਹੀਂ ਮੇਰੀ ਸੁਣੀ ਜਾਣੀ ਹੈ ਕਿ ਨਹੀਂ, ਪਤਾ ਲੱਗਾ ਜੀ ਇਹ ਦੁਫਾੜਪਨ ਹੈ। ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਦਾ ਹੈ, ਹੋਣ ਵਾਲਿਆਂ ਦੇ ਕੋਲ ਵੀ ਠੀਕ ਉੱਥੋਂ ਹੋਏ ਨੇ, ਮਗਰ ਇਹਦੇ ਅੰਦਰ ਪਹਿਲੋਂ ਹੀ ਦੁਫਾੜਪਨ ਆ ਵੀ ਮੈਂ ਚੁੱਭੀ ਲਾਉਣ ਲੱਗਾ, ਪਤਾ ਨਹੀਂ ਮੇਰਾ ਹੋਣਾ ਹੈ ਕਿ ਨਹੀਂ, ਆਹ ਦੁਫਾੜਪਨ ਆ। ਅੱਖ ਵਾਹਿਗੁਰੂ, ਤਗੜਾ ਹੋ। ਅੱਬ ਕਿਉਂ ਉਗਵੇ? ਦਾਲ, ਦਾਲ ਕਿਤੇ ਨਾ ਉਖਲੂਗੀ, ਦਾਲ ਸਮਝ ਲਿਆ ਹੁਣ, ਸਿਦਕ ਦਾ ਦਾਣਾ ਦੁਫਾੜ ਹੋ ਗਿਆ, ਸਿਦਕ ਦਾ ਦਾਣਾ, ਆਪਾਂ ਉਸ ਦਾਲ ਤੋਂ ਤਾਂ ਥੋੜ੍ਹਾ ਜਿਹਾ ਉੱਠੀਏ। ਸਿੱਖ ਦੇ ਸਿਦਕ ਦਾ ਜਿਹੜਾ ਦਾਣਾ ਸੀ ਉਹ ਮੱਥਾ ਵੀ ਟੇਕਦਾ ਹੈ, ਗੁਰਦੁਆਰੇ ਵੀ ਆਉਂਦਾ ਹੈ, ਪੰਡਿਤ ਕੋਲ ਵੀ ਜਾਂਦਾ ਹੈ, ਦੋ ਥਾਂ ਦੁਫਾੜ ਹੋ ਗਿਆ ਵੀ ਪਤਾ ਨਹੀਂ ਇੱਥੋਂ ਆਰਾਮ ਮਿਲਣਾ ਹੈ ਕਿ ਨਹੀਂ। ਅੱਗੇ ਪਾਤਸ਼ਾਹ ਨੂੰ ਪੁੱਛਿਆ ਉੱਗ ਸਕਦਾ ਹੈ? ਕਹਿੰਦੇ ਹਾਂ ਉੱਗ ਸਕਦਾ ਹੈ, ਜੇ ਇੱਕ ਹੋਏ ਤਾਂ, ਜੇ ਇੱਕ ਹੋਏ, ਇੱਕ ਤਾਂ ਬਣ, ਸਾਬਤ ਤਾਂ ਹੋ, ਸਾਬਤ ਸਿਦਕ ਲੈ ਕੇ ਤਿਆ ਵੀ ਮੇਰਾ ਇਹ ਗੁਰੂ ਆ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰ ਆ ਸ
ਸਤਿਗੁਰ ਸੰਗ ਨਹੀਂ ਮਨ ਡੋਲੇ, ਸਤਿਗੁਰ ਸੰਗ ਨਹੀਂ ਮਨ ਡੋਲੇ, ਸਤਿਗੁਰ ਇਹ ਤੇ ਪਹਿਲੋਂ ਠੋਕ ਕਿੱਲਾ ਵੀ ਜਦੋਂ ਮੈਂ ਗੁਰੂ ਕੋਲ ਆਣ ਕੇ ਬਹੂੰਗਾ ਮੇਰਾ ਇੰਨਾ ਸਮਰੱਥ ਗੁਰੂ ਆ ਮੇਰੇ ਮਨ ਨੂੰ ਡੋਲਣ ਨਹੀਂ ਦਊਗਾ, ਨਹੀਂ ਸਿਦਕ 'ਤੇ ਡੋਲਦਾ ਹੈ ਨਾ ਫਿਰ ਇੱਥੇ ਬਿਠਿਆ ਵੀ ਪਤਾ ਲੱਗਿਆ ਜੀ। ਇੱਕ ਨਹੀਂ ਰਹੀ ਸੁਰਤ ਜੇ ਬੀਓ ਬੀਜ ਪੱਤ ਲੈ ਗਏ, ਸੱਚ ਕਾਲ ਕੂੜ ਵਰਤਿਆ ਸਿੱਖਾ, ਆਸਾ ਕੀ ਵਾਰ ਪੜ੍ਹਦਾ ਹੈ ਕਿਤੇ ਰਸ ਪੀਆ ਕਰ ਵਿੱਚੋਂ ਸੱਚ, ਮਤਲਬ ਸ਼ਾਬਾ ਜਿਉਂਦਾ ਰਹੋ ਜਿਉਂਦਾ ਰਹੋ, ਤੁਸੀਂ ਸੁਣ ਲਿਆ ਜੀ ਉਹਨੇ ਅੰਗ ਸਿੰਘ, ਸੱਚ ਦਾ ਇਸ ਵੇਲੇ ਦੁਨੀਆ 'ਤੇ ਕਾਲ ਦਾ ਤੁਹਾਨੂੰ ਨਹੀਂ ਪਤਾ ਹੋਣਾ, ਬੱਚਿਆਂ ਨੂੰ ਕਮੀ ਆ ਜਾਣੀ, ਲੱਭਦਾ ਜੇ ਹੁਣ ਕਿਤੇ ਹੋ ਗੁਰਦੁਆਰਿਆਂ 'ਚੋਂ ਸੱਚ ਲੱਭਦਾ ਜੇ ਬੋਲੋ ਗੁਰੂ ਕੇ ਸਿੱਖੋ, ਮੰਦਰਾਂ 'ਚੋਂ ਮਸਜਿਦਾਂ 'ਚੋਂ ਤੀਰਥ ਸਥਾਨਾਂ 'ਚੋਂ ਕਿਤੇ ਸੱਚ ਦੀ ਕਿਣਕਾ ਮਿਲਦਾ ਹੈ? ਹਰ ਜਗ੍ਹਾ 'ਤੇ ਝੂਠ ਵਰਤਿਆ ਪਿਆ, ਸੱਚ ਕਾਲ ਸੱਚ ਦਾ ਕਾਲ ਪੈ ਗਿਆ ਅਤੇ ਚਾਰ ਸਵੇਰੇ ਕੀ ਵਰਤ ਰਿਹਾ, ਕੂੜ ਵਰਤਿਆ, ਕੂੜ ਕੂੜ ਮੈਨੇ ਝੂਠ। ਸੱਚੀ ਮੁੱਚੀ ਜਿੱਦਣ ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚੋਂ ਝੂਠ ਚੱਲੂਗਾ ਇਹ ਸੰਸਾਰ ਕਿੱਧਰ ਜਾਊ? ਸੱਚ ਤਾਂ ਦਾਰੂ ਆ, ਆਖੋ ਵਾਹਿਗੁਰੂ ਸੱਚ ਕੀ ਆ, ਲੋਕ ਮਰ ਜਾਣਗੇ ਅਤੇ ਬੜੀ ਬੇਸ਼ਰਮੀ ਨਾਲ ਕੂੜ ਦਾ ਪ੍ਰਚਾਰ ਹੋ ਰਿਹਾ। ਆਖੋ ਵਾਹਿਗੁਰੂ, ਜਿੱਥੇ ਸੱਚ ਦਾ ਪ੍ਰਸ਼ਾਦ ਮਿਲਣਾ ਚਾਹੀਦਾ ਸੀ ਉੱਥੇ ਵੀ ਹੁਣ ਝੂਠੀਆਂ ਸਾਖੀਆਂ ਝੂਠੀਆਂ ਗੱਲਾਂ ਸੁਣਾਈਆਂ ਜਾ ਰਹੀਆਂ ਨੇ। ਉਹਨੇ ਆਖਿਆ ਤੇਰੀ ਛਪਰੀ ਬੜੀ ਮਜ਼ਬੂਤ ਆ, ਹਰ ਇੱਕ ਦੀ ਛਪਰੀ, ਛਪਰੀ ਮੀਨਜ਼ ਕੀ ਦੱਸਿਆ ਸੀ ਅਵਸਥਾ, ਹਰ ਇੱਕ ਦੀ ਅਵਸਥਾ ਡੋਲ ਗਈ ਆ, ਕਲਯੁੱਗ ਦੀ ਐਸੀ ਹਨੇਰੀ ਚੱਲੀ ਆ, ਹਰ ਬੰਦੇ ਦੇ ਸਿਦਕ ਦੇ ਪੈਰ ਹਿੱਲ ਗਏ ਨੇ। ਨਾਮਦੇਵ ਤੇਰੀ ਬੜੀ ਮਜ਼ਬੂਤ ਛਪਰੀ ਆ ਅਵਸਥਾ ਤੇਰੀ, ਤੈਨੂੰ ਕਾਮ ਨੇ ਨਹੀਂ ਛੋਇਆ, ਤੈਨੂੰ ਕ੍ਰੋਧ ਨੇ ਨਹੀਂ ਛੋਇਆ, ਤੈਨੂੰ ਲੋਭ ਮੋਹ ਹੰਕਾਰ ਨੇ ਉਡਾਇਆ ਹੀ ਨਹੀਂ। ਆਖਿਰ ਗੱਲ ਕੀ ਆ, ਕਿਹੜਾ ਮਿਸਤਰੀ ਲਿਆਂਦਾ? ਕਹਿੰਦਾ ਮਿਸਤਰੀ ਬਹੁਤ ਤਕੜਾ ਹੈ। ਉੱਥੇ ਸ਼ਬਦ ਲਿਖਿਆ ਬੇਡੀ, ਬੇਡੀ ਬੋਲੋ ਹਾਂ, ਬੱਬੇ ਦੇ ਉੱਤੇ ਲਾਂ ਅਤੇ ਢੱਡੇ ਨੂੰ ਬੇਡੀ, ਡੱਡੇ ਨੂੰ ਨਹੀਂ ਢੱਡੇ ਨੂੰ, ਆਖੋ ਵਾਹਿਗੁਰੂ। ਪਾੜ ਪੜੋਸਣ ਇਤਨਾ ਲਿਖਿਆ ਬਾਣੀ, ਪਾੜ ਪੜੋਸਣ ਪੂਛ ਲੈ ਨਾਮਾ, ਪਤਾ ਲੱਗਿਆ ਪਾੜ ਪੜੋਸਣ, ਪੜੋਸਣ ਆਣ ਕੇ ਨਾਮਦੇਵ ਨੂੰ, ਅੱਧੀ ਕਥਾ ਆ ਵੀ ਕਰਿਆ ਕਰੋ ਨਾਲ ਹੋਰ ਆਨੰਦ ਆਊਗਾ। ਪੜੋਸਣ ਆਣ ਕੇ ਪੁੱਛਦੀ ਕਾ ਪੈ ਸ਼ਾਨ ਛਵਾਈ ਹੋ, ਨਹੀਂ ਪਤਾ ਲੱਗਾ ਤੇਰੀ ਬੋਲੀ ਆ ਵੀ, ਅੱਧੀ ਕੁ ਤੇਰੀ ਬੋਲੀ ਰਹੂਗੀ ਇਹਦੇ ਵਿੱਚ ਸ਼ਬਦ ਵਿੱਚ ਬੰਬੇ ਦੀ, ਆਖੋ ਵਾਹਿਗੁਰੂ। ਕਾ ਪੈ ਸ਼ਾਨ ਛਵਾਈ ਹੋ ਤੋ ਪੈ ਦੁੱਗਣੀ ਮਜ਼ੂਰੀ ਦੇਊਂ, ਆ ਵੇਖੋ ਸ਼ਬਦ ਕਿੰਨੇ ਸੋਹਣੇ, ਤੂੰ ਜੇ 50 ਰੁਪਈਏ ਦਿੱਤੇ ਤਾਂ ਮੈਂ 100 ਦਊਂ, ਆਇਆ ਉੱਤੇ ਤੋ ਪੈ ਮੌਕੋ ਬੇਡੀ ਦਿਓ ਬਤਾਈ ਹੋ, ਮੈਨੂੰ ਬੇਡੀ ਦੱਸ ਤੇਰਾ ਬੇਡੀ ਕੌਣ ਹੈ। ਅਤੇ ਅੱਗੇ ਇਹਨਾਂ ਦੇ ਬੋਲਦੇ ਬੰਬੇ ਵਿੱਚ ਜਿਹੜੀ ਔਰਤ ਘਰ 'ਚ ਭਾਂਡੇ ਮਾਂਜਦੀ ਆ ਜਾਂ ਦੂਸਰੀ ਔਰਤ ਨੂੰ ਬਾਈ ਕਹਿੰਦੇ, ਬਾਈ, ਅਤੇ ਉੱਥੇ ਸ਼ਬਦ ਵਰਿਆ ਰੀ ਬਾਈ, ਬੋਲੋ ਹਾਂ, ਬੇਡੀ ਦੇਣ ਨਾ ਜਾਈ, ਬੇਡੀ ਹਮਾਰੇ ਬੇਡੀ ਪ੍ਰਾਣ ਅਧਾਰਾ, ਸਾਡਾ ਬੇਡੀ ਮੇਰਾ ਕੌਣ ਆ, ਬੇਡੀ ਮੇਰਾ ਮਿਸਤਰੀ ਕੌਣ ਆ, ਪ੍ਰਾਣਾਂ ਦਾ ਆਸਰਾ, ਉਹ ਬਣਾਉਂਦਾ ਛਪਰੀ, ਆਹ ਚੀਜ਼ ਬਣਾਉਂਦੀ ਹੈ ਛਪਰੀ ਜਿਹੜੀ ਢੱਟਦੀ ਨਹੀਂ, ਵਾਹਿਗੁਰੂ ਵਾਹਿਗੁਰੂ।
ਸਿੱਖ ਉਹ ਵੀ ਜਪੋ ਵਿਚਾਰ ਛੱਡ ਕੇ ਜਪੋਗੇ ਨਾ ਵਿਚਾਰ ਛੱਡ ਕੇ ਅੱਜ ਇੰਨੀਆਂ ਰੱਖ ਦੋ ਹਮਾਰੇ ਬੇਟੀ ਪ੍ਰਾਣ ਅਧਾਰ ਮੇਰਾ ਮਿਸਤਰੀ ਹੈ ਨਾ ਜਿਹੜਾ ਉਹ ਪ੍ਰਾਣਾ ਦਾ ਆਸਰਾ ਹੈ ਅਤੇ ਉਹਨੇ ਕਿਹਾ ਚੱਲ ਕੁਝ ਵੀ ਆ ਪ੍ਰਾਣਾ ਦਾ ਆਸਰਾ ਸਹੀ ਕੁਝ ਤਿਲ ਲੈਂਦਾ ਅਤੇ ਉਹ ਮਜ਼ਦੂਰੀ ਸ਼ਬਦ ਬੜੇ ਪਿਆਰੇ ਨੇ ਅੱਗੇ ਵੇਖਿਓ ਬੇਟੀ ਪ੍ਰੀਤ ਮਜ਼ਦੂਰੀ ਮੰਗੇ ਬੋਲੋ ਬੇਟੀ ਜਿਹੜਾ ਮੇਰਾ ਪਰਮੇਸ਼ੁਰ ਮਿਸਤਰੀ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜਿਹਦੀ ਛਪਰੀ ਬਣਾਉਂਦਾ ਹੈ ਜਿਹਦੀ ਅਵਸਥਾ ਬਣਦਾ ਹੈ ਉਹ ਪੈਸੇ ਨਹੀਂ ਲੈਂਦਾ ਬੇਡੀ ਪ੍ਰੀਤ ਮਜ਼ੂਰੀ ਮੰਗੇ ਬੇਡੀ ਜੇ ਕੋ ਸ਼ਾਨ ਛਵਾਵੇ ਹੋ ਜੇ ਕੋ ਜੇ ਕਿਸੇ ਨੇ ਸੋਹਣੀ ਛਪਰੀ ਬਣਾਉਣੀ ਹੈ ਤਾਂ ਉਹ ਪਿਆਰ ਦੀ ਮਜ਼ਦੂਰੀ ਮੰਗਦਾ ਕਾਹਦੀ ਕਰੇਂਗੀ ਅਤੇ ਪੈਸੇ ਵਾਲਾ ਬੰਦਾ ਪਿਆਰ ਨਹੀਂ ਕਰ ਸਕਦਾ ਨੋਟ ਕਰਿਓ ਗੁਰੂ ਕੇ ਸਿੱਖੋ ਇਹ ਨੋਟ ਕਰ ਲਓ ਪਿਆਰ ਜਦੋਂ ਤੁਹਾਨੂੰ ਕੋਈ ਕਰੂਗਾ ਗਰੀਬ ਕਰੂ ਗਰੀਬੀ ਬੜਾ ਕੁਛ ਸਿਖਾਉਂਦੀ ਗਰੀਬੀ ਭਾਜੀ ਕਹਿਣਾ ਸਿਖਾਉਂਦੀ ਗਰੀਬੀ ਅੰਕਲ ਜੀ ਕਹਿਣਾ ਸਿਖਾਉਂਦੀ ਅਮੀਰੀ ਤਾਂ ਕਿਸੇ ਨਾਲ ਬੋਲਦੀ ਨਹੀਂ ਪਿਆਰ ਨਾਲ ਅਮੀਰ ਕਿਸੇ ਨੂੰ ਕੀ ਸਮਝਦਾ ਹੈ ਆਖੋ ਵਾਹਿਗੁਰੂ ਉਹਨੇ ਕਿਹਾ ਬੇਡੀ ਪ੍ਰੀਤ ਮਜ਼ਦੂਰੀ ਮੰਗੇ ਜਿਹੜਾ ਮਿਸਤਰੀ ਆ ਉਹ ਪਿਆਰ ਦੀ ਮਜ਼ਦੂਰੀ ਮੰਗਦਾ ਹੀ ਜੇ ਕੋਈ ਸ਼ਾਨ ਅੱਗੇ ਪੜ੍ਹਿਓ ਹੁਣ ਵੇਖੋ ਜਿੱਥੋਂ ਸਾਰੀ ਗੇਮ ਵਿਗੜਦੀ ਹੈ ਜਿੱਥੋਂ ਸਾਡੀ ਛੋਪਰੀ ਨਹੀਂ ਬਣਦੀ ਉੱਥੇ ਪੜ੍ਹੋ ਵੇਖੋ ਲੋਕ ਕੁਟੰਬ ਸਭੂ ਅਤੇ ਤੋੜੇ ਇਤਨਾ ਬਣਦੀ ਜਿਉਂ ਲੋਕਾਂ ਨਾਲੋਂ ਅਤੇ ਰਿਸ਼ਤੇਦਾਰਾਂ ਨਾਲੋਂ ਤੋੜੇ
ਇਹ ਨਹੀਂ ਵੀ ਭੱਜਿਆ ਵੀ ਆਖੇ ਮੈਂ ਪਕਾਉਣਾ ਹੀ ਨਹੀਂ, ਸੁਰਤ ਨੂੰ ਉਹਦੇ ਵਿੱਚੋਂ ਬਾਹਰ ਕੱਢੇ। ਲੋਕ ਕੁਟੰਬ ਸਭੋਂ ਤੇ ਛੱਡਦੇ ਕੀ ਵਾਲ ਕਾਲੇ ਕਰਨੇ, ਬਣਾਉਣੀ ਛਪਰੀ ਤੇ ਛੱਡਦੇ ਕੀ ਵਾਲ ਕਾਲੇ ਕਰਨੇ, ਛੱਡਦੇ ਕੀ ਪਰਵੱਟੇ ਕੱਟਣੇ, ਛੱਡਦੇ ਕੀ ਪੈਰਾਂ ਨੂੰ ਨੌ ਪਾਤਸ਼ਾਹ ਲਾਉਣੀਆਂ, ਛੱਡੋਗੇ ਦਾੜੇ ਕਾਲੇ ਕਰਨੇ। ਇਹ ਜੀ ਲੋਕਾਂ ਪਿੱਛੇ ਹੁੰਦਾ, ਇਹ ਲੋਕਾਂ ਦਾ ਕਰਕੇ ਲੋਕੀ ਕੀ ਕਹਿਣਗੇ, ਇਹੋ ਹੀ ਆ ਨਾ ਮਕਸਦ, ਤਾਂ ਇਹੋ ਹੀ ਆ ਨਾ, ਲੋਕੀ ਕੀ ਕਹਿਣਗੇ। ਬੁੱਢਾ ਹੋ ਗਿਆ, ਮੇਰਾ ਬਾਪੂ ਕਹਿੰਦਾ ਵੇਖ ਜੇ ਤੂੰ ਕਦੀ ਲੋਕ ਕੁਟੰਬ ਸਭੋਂ ਤੇ ਤੋਰੇ, ਜਰਾ ਬੋਲੋ ਉੱਚੀ, ਲੋਕਾਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਪਰਿਵਾਰ ਨਾਲੋਂ ਸੁਰਤ ਨੂੰ ਤੋੜ ਕੇ ਕਿਤੇ ਇੱਕ ਵਾਰ ਰੱਬ ਦਾ ਨਾਮ ਜਪ ਤੋ ਆਪਣ ਬੇਡੀ ਉੱਤੇ ਪੜੋ ਨਾ, ਗਾਓ ਝੂਮ ਝੂਮ ਤੋ ਆਪਣ ਬੇਡੀ, ਮਤਲਬ ਮਿਸਤਰੀ ਆਪੇ ਸਵੇਰੇ ਦਰਵਾਜ਼ਾ ਖੜਕਾਊਗਾ। ਰਾਤ ਦਾ ਪਿਛਲਾ ਪੂਰ, ਆਖੋ ਵਾਹਿਗੁਰੂ, ਰਾਤ ਦਾ ਪਿਛਲਾ ਪੂਰ, ਜਿਹੜੀਆਂ ਬੇੜੀ 'ਤੇ ਸਵਾਰੀਆਂ ਪੈਂਦੀਆਂ ਉਹਨਾਂ ਨੂੰ ਪੂਰ ਆਖੀਦਾ ਹੈ। ਕੀ ਆਖੀਦਾ? ਪੂਰ, ਆਵੇਂ ਵੰਝੇ ਪੂਰ, ਪੂਰ ਆਉਂਦੇ ਜਾਂਦੇ ਰਹਿੰਦੇ, ਆਉਂਦੇ ਅਤੇ ਵੰਝਦੇ ਜਾਂਦੇ ਰਹਿੰਦੇ। ਇਹ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਹੈ, ਇੱਥੇ ਕਈ ਆਏ ਅਤੇ ਕਈ ਗਏ। ਸ਼ਾਮ ਦਾ ਪਿਛਲਾ ਪੂਰ ਸੀ ਅਤੇ ਕੋਈ ਕਾਬਲ ਤੋਂ ਸੰਗਤ ਆਈ, ਸਤਲੁਜ ਦਰਿਆ ਹੈ, ਨੰਗਲ ਸ਼ਹਿਰ ਆ, ਅੱਖ ਵਾਹਿਗੁਰੂ, ਸੁਣਿਆ ਨੰਗਲ ਸ਼ਹਿਰ ਅਨੰਦਪੁਰ ਸਾਹਿਬ ਦੇ ਕੋਲ ਹੀ ਆ, ਨੰਗਲ ਸ਼ਹਿਰ ਆ, ਸ਼ਾਮ ਦਾ ਪਿਛਲਾ ਪੂਰ ਅਤੇ ਕਾਬਲ ਤੋਂ ਸੰਗਤ ਆਈ ਅਤੇ ਗਲਾਂ 'ਚ ਢੋਲਕੀਆਂ ਪਾਈਆਂ, ਦੂਰੋਂ ਦਰੇਡਿਓਂ ਆਏ ਅਤੇ ਕਿਸੇ ਬੇੜੀ ਵਾਲੇ ਨੂੰ ਕਹਿੰਦੇ, ਉਹਦਾ ਨਾਮ ਸੈਦਾ ਹੈ, ਕੀ ਨਾਮ? ਸੈਦਾ, ਮੁਸਲਮਾਨ ਜਾਤ ਦਾ ਹੈ। ਉਹਨੂੰ ਆਣ ਕੇ ਕਹਿੰਦੇ, ਸੱਜਣਾ ਸ਼ਾਮਾਂ ਪੈ ਗਈਆਂ, ਅਸੀਂ ਜਾਣਾ ਅਨੰਦਪੁਰ ਸਾਹਿਬ, ਦੂਰੋਂ ਬੜਿਓਂ ਆਏ ਹਾਂ, ਮਿਲਣ ਆਏ ਹਾਂ ਪ੍ਰੀਤਮ ਪਿਆਰੇ ਨੂੰ, ਇੱਕ ਪੂਰ ਹੋਰ ਲੈ ਜਾ, ਹਨੇਰਾ ਤਾਂ ਹੋ ਗਿਆ ਹੈ। ਉਹ ਕਹਿੰਦਾ ਨਾ ਜੀ, ਪਾਣੀ ਦਾ ਕੰਮ ਆ, ਪਾਣੀ ਨਾਲ ਕਿਸੇ ਦਾ ਜ਼ੋਰ ਨਹੀਂ, ਅਤੇ ਹਨੇਰੇ ਵਿੱਚ ਮੈਂ ਲੈ ਕੇ ਨਹੀਂ ਜਾਣਾ। ਉਹ ਕਹਿੰਦੇ ਨਹੀਂ, ਤਰਲਾ ਹੈ, ਖੁਦਾ ਨੂੰ ਯਾਦ ਕਰਨ ਵਾਲਾ ਸੀ, ਮੰਨ ਗਿਆ। ਕੌਣ? ਸੈਦਾ ਮੰਨ ਗਿਆ ਵੀ ਚਲੋ ਬੈਠੋ। ਸ਼ਾਮਾਂ ਪਈਆਂ ਅਤੇ ਸੈਦੇ ਨੇ ਬੇੜੀ ਵਿੱਚ ਠੇਲ ਲਈ ਦਰਿਆ ਦੇ, ਉਦੋਂ ਕੋਈ ਬੰਨ ਨਹੀਂ ਸੀ ਵੱਜੇ, ਸਤਲੁਜ ਦਰਿਆ ਬੜਾ ਜ਼ੋਰ ਵਾਲਾ ਇੱਕ ਦਰਿਆ ਮੰਨਿਆ ਗਿਆ। ਇਹਦੇ ਵਿੱਚ ਲਹਿਰਾਂ ਛੂਕਦੀਆਂ 'ਚ ਉਹਨੇ ਬੇੜੀ ਵਾੜਤੀ। ਸਿੱਖਾਂ ਦਾ ਰਹਿਰਾਸ ਦਾ ਸਮਾਂ ਸੀ, ਉਹਨਾਂ ਰਹਿਰਾਸ ਸਭ ਕੀਤੀ ਅਤੇ ਗਲ 'ਚ ਪਾਈਆਂ ਢੋਲਕੀਆਂ ਅਤੇ ਅਗੰਮੀ ਰੂਪ ਵਿੱਚ ਡੁੱਬ ਕੇ, ਦੇਖ ਜੀਵਾਂ ਗੁਰ ਤੇਰਾ ਦਰਸ਼ਨ, ਦੇਖ ਜੀਵਾਂ ਗੁਰ ਤੇਰਾ, ਦੇਖ ਤੇ ਗਾਉਂਦਿਆਂ ਗਾਉਂਦਿਆਂ ਨੇ ਫਜ਼ਲ ਅੱਲਾ ਨੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ, ਗੁਰ ਗੋ ਹੱਕ ਹੱਕ ਆ ਗਾ ਗੁਰ ਗੋਬਿੰਦ ਸਿੰਘ, ਸ਼ਾਹੇ ਚੈਨ ਸ਼ਾਹ ਗੁਰ ਗੋਬਿੰਦ ਸਿੰਘ। ਰਸਤੇ ਵਿੱਚ ਬੇੜੀ ਖਿਲਾਰਤੀ ਮੁਸਲਮਾਨ ਨੇ, ਕਹਿੰਦਾ ਤੁਸੀਂ ਕਾਫਰ ਹੋ, ਆਖੋ ਵਾਹਿਗੁਰੂ। ਸਿੱਖਾਂ ਨੂੰ ਕੀ ਕਹਿੰਦਾ? ਤੁਸੀਂ ਕਾਫਰ ਹੋ। ਕਾਫਰ ਹੁੰਦਾ ਝੂਠ ਬੋਲਣ ਵਾਲਾ। ਉਹਨਾਂ ਕਿਹਾ ਕਿਹੜੀ ਗੱਲੋਂ? ਸਿੱਖ ਨੇ ਐਡਾ ਦਾੜਾ ਹੱਥ 'ਚ ਫੜ ਕੇ ਆਖਿਆ, ਉਹ ਸੱਜਣਾ ਪੰਜ ਨਮਾਜ਼ੀ ਤੂੰ ਵੀ,
ਪੰਜ ਬਾਣੀਆਂ ਦੇ ਅਸੀਂ ਨੇਤਨੇਮ ਹੀ ਕਿਹੜੀ ਗੱਲੋਂ ਕਾਫਰ ਆਖਿਆ ਜੀ? ਕਹਿੰਦੇ ਤੁਸੀਂ ਕਿਸੇ ਸ਼ਖਸ ਨੂੰ ਆਖਿਆ ਫਜ਼ਲ ਅੱਲਾ ਨੂਰ, ਨਹੀਂ ਪਤਾ ਲੱਗਾ ਫਜ਼ਲ ਅਤੇ ਦੱਸੋ ਇੱਥੇ ਕੌਣ ਆ ਧਰਤੀ 'ਤੇ ਜਿਹੜਾ ਅੱਲਾ ਦਾ ਨੂਰ ਹੈ? ਅਤੇ ਸਿੱਖਾਂ ਨੇ ਹੱਥ ਜੋੜ ਕੇ ਆਖਿਆ ਤੇਰੀ ਤਕਦੀਰ ਮਾੜੀ, ਅਸੀਂ ਕਾਬਲ ਤੋਂ ਚੱਲ ਕੇ ਆ ਗਏ ਉਹਨੂੰ ਵੇਖਣ, ਕਿਹਨੂੰ? ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਅਤੇ ਤੈਨੂੰ ਇੱਥੇ ਕੋਲ ਬਿਠਿਆ ਨਾ ਪਤਾ ਲੱਗ ਸਕਿਆ ਵੀ ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਆਪ ਨਿਰੰਕਾਰ ਅੱਲਾ ਵਾਹਿਗੁਰੂ ਧਰਤੀ ਦੇ ਉੱਤੇ ਆਇਆ, ਤੈਨੂੰ ਪਤਾ ਹੀ ਨਹੀਂ, ਝੂਠ ਬੋਲਦੇ ਹੋ। ਇੱਕ ਸਿੱਖ ਨੇ ਆਖਿਆ ਅਸੀਂ ਨਹੀਂ ਪਛਾਣਿਆ, ਆਖੋ ਵਾਹਿਗੁਰੂ ਤੇਰਾ ਭੀਖਮ ਸ਼ਾਹ ਦਾ ਨਾਂ ਸੁਣਿਆ ਹੀ ਨਹੀਂ ਪਤਾ ਲੱਗ ਰਿਹਾ, ਕਿਤੇ ਉੱਡੇ ਤਾਂ ਨਹੀਂ, ਖਿਲ ਰਹੇ ਤਾਂ ਨਹੀਂ, ਭੀਖਮ ਸ਼ਾਹ ਫਕੀਰ ਦਾ ਨਾਮ ਸੁਣਿਆ? ਕਹਿੰਦਾ ਹਾਂ, ਉਹ ਤਾਂ ਬੜੇ ਪੁੱਜੇ ਫਕੀਰ ਨੇ, ਉਹ ਮੋਹਰ ਲਾ ਕੇ ਆਇਆ ਹੀ ਵੀ ਇਹ ਖੁਦਾ ਆ ਗਿਆ ਧਰਤੀ 'ਤੇ, ਆਖੋ ਵਾਹਿਗੁਰੂ, ਉਹ ਮੋਹਰ ਲਾ ਕੇ ਆਇਆ ਵੀ ਇਹ ਖੁਦਾ ਧਰਤੀ ਦੇ ਉੱਤੇ ਆਪ ਆ ਗਿਆ, ਲੋਗੋ ਮੇਰਾ ਖੁਦਾ ਆ ਗਿਆ ਪਟਨੇ ਜਾ ਕੇ ਕਹਿ ਕੇ ਆਇਆ, ਜਿਹਨੇ ਦੋ ਕੁੱਜੀਆਂ ਖੜੀਆਂ ਸੀ। ਫਿਰ ਉਹਨੇ ਕਿਹਾ ਪੀਰ ਬੁੱਧੂ ਸ਼ਾਹ ਦਾ ਨਾਂ ਸੁਣਿਆ ਹੀ? ਆਖੋ ਵਾਹਿਗੁਰੂ, ਉੱਚੀ ਬੋਲਿਆ ਕਰੋ, ਪੀਰ ਤੇਰਾ ਪੀਰ ਬੁੱਧੂ ਸ਼ਾਹ ਵੀ ਕਹਿ ਕੇ ਆਖਿਆ ਹੀ ਮੇਰਾ ਖੁਦਾ ਹੈ, ਉਹ ਹੀ ਗੁਰੂ ਗੋਬਿੰਦ ਸਿੰਘ, ਉਹੀ ਫਜ਼ਲ ਅੱਲਾ ਨੂਰ ਗੁਰਗੋਬਿੰਦ ਸਿੰਘ। ਪਤਾ ਨਹੀਂ ਕੋਈ ਤੀਰ ਅੰਦਰ ਵੱਜ ਗਿਆ, ਜ਼ਖਮੀ ਹੋ ਗਿਆ, ਬਚਨ ਦਾ ਕੋਈ ਤੀਰ ਵੱਜ ਗਿਆ ਅਤੇ ਜ਼ਖਮੀ ਹੋ ਗਿਆ। ਬੇਡੀ ਪ੍ਰੀਤ ਭੁੱਲ ਗਏ, ਉੱਥੇ ਉੱਤੇ ਹੀ ਹੋਣਾ ਬੇਡੀ ਪ੍ਰੀਤ, ਜੇ ਕੋ ਸ਼ਾਂਤ ਸੁਭਾਵੇ ਹੋ, ਸ਼ਾਂਤ ਸੁਭਾਵੇ ਹੋ, ਉਹੀ ਗੁਰੂ ਗੋਬਿੰਦ ਸਿੰਘ ਫਜ਼ਲ ਅੱਲਾ ਦਾ ਨੂਰ। ਪਾਰ ਗਿਆ, ਪਾਰ ਜਾ ਕੇ ਸਵਾਰੀਆਂ ਲਾਹਤੀਆਂ, ਉਹ ਕਹਿੰਦੇ ਦਸ ਪੈਸੇ ਕਿੰਨੇ? ਕਹਿੰਦਾ ਉਹ ਤਾਂ ਵਪਾਰ ਗਿਆ, ਹੁਣ ਪੈਸਿਆਂ ਵਾਲਾ ਵਪਾਰ, ਹੁਣ ਤਾਂ ਪ੍ਰੇਮ ਦਾ ਚੱਲੂ। ਤੁਸੀਂ ਜਦੋਂ ਪ੍ਰੇਮ ਦੀ ਗੱਲ ਕਰਤੀ, ਪੈਸੇ ਨਹੀਂ, ਸਵਾਰੀਆਂ ਉੱਤਰ ਗਈਆਂ, ਉਸ ਪਾਸੇ ਨੂੰ ਆਉਣਾ ਹੀ ਜਦੋਂ ਚੱਲਦਾ ਸੀ ਰੋਜ਼ ਸਵਾਰੀਆਂ ਲੈ ਕੇ, ਆਖੋ ਵਾਹਿਗੁਰੂ, ਅੱਜ ਇੱਧਰ ਹੀ ਸੌਂ ਗਿਆ, ਬੇੜੀ ਛੱਡ ਕੇ ਹਨੇਰਾ ਹੋ ਗਿਆ, ਇੱਥੇ ਸੌਂ ਗਿਆ ਪ੍ਰੇਮ ਦਾ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਬੋਲੋ ਹਾਂ, ਮਨ ਰੂਪੀ ਹਰਨ ਨੂੰ ਪ੍ਰੇਮ ਦਾ ਵੱਜ ਗਿਆ, ਜ਼ਖਮੀ ਹੋ ਗਿਆ, ਆਂਦਾ ਹੁਣ ਨਹੀਂ ਕਿਤੇ ਜਾਣਾ। ਨਮਾਜ਼ ਰਾਤ ਦੀ ਕੀਤੀ, ਰਾਤ ਦੀ ਨਮਾਜ਼ ਅਦਾ ਕਰਕੇ ਇਸ ਤਰ੍ਹਾਂ ਹੱਥ ਜੋੜੇ, ਹੱਥ ਖੜੇ ਕੀਤੇ, ਯਾ ਖੁਦਾ ਤੂੰ ਧਰਤੀ 'ਤੇ ਆਇਆ, ਮਿਲੀ ਰੂਹ ਨੂੰ ਪਤਾ ਹੀ ਨਹੀਂ ਕਿੰਨੀ ਬਦਕਿਸਮਤ ਆ। ਸਾਡੇ 'ਚੋਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਇਹ ਖੁਦਾ ਹੈ। ਆ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪ੍ਰਕਾਸ਼ ਹੋਏ ਆ ਨਾ, ਸਾਡੇ 'ਚੋਂ ਬਹੁਤ ਸਾਰਿਆਂ ਨੇ ਪਤਾ ਕੀ ਸਮਝਿਆ, ਇੱਥੋਂ ਪੁੱਤ ਮਿਲਦੇ ਨੇ, ਇੱਥੋਂ ਧੀਆਂ ਮਿਲਦੀਆਂ ਨੇ, ਜਿਸ ਤਰ੍ਹਾਂ ਏ ਟੀ ਐੱਮ ਪਾ ਕੇ ਕਾਰਡ ਪਾ ਕੇ ਪੈਸੇ ਕੱਢੀ ਦੇ ਆ, ਇਸ ਤਰ੍ਹਾਂ ਅਸੀਂ ਗੋਲਕ 'ਚ ਪੈਸੇ ਪਾ ਕੇ ਇੱਥੋਂ ਧੀਆਂ ਮੰਗਦੇ ਹਾਂ, ਪੁੱਤ ਮੰਗਦੇ। ਜਿੰਨੀ ਪਛਾਤਾ ਸੱਚ, ਬੋਲੋ, ਚੁੰਮਾ ਪੈਰ ਚੁੰਮਾ, ਮੈਂ ਉਹਨਾਂ ਦੇ ਪੈਰ ਚੁੰਮਾ ਜਿਹਨਾਂ ਨੂੰ ਇਹ ਪਤਾ ਹੈ ਖੁਦਾ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਬਹੁਤ ਘੱਟ ਰੂਹਾਂ ਨੇ ਜਿਹੜੀਆਂ ਰੱਬ ਕਰਕੇ ਮੱਥਾ ਟੇਕਦੀਆਂ, ਪਤਾ ਨਹੀਂ ਲੱਗਾ ਵੀ ਜਿਹੜੀਆਂ ਵੀ ਰੱਬ ਨੂੰ ਮੱਥਾ ਟੇਕਿਆ। ਉਹਨਾਂ ਨੇ ਪਛਾਣ ਲਿਆ, ਉਹ ਵਿਚਾਰਾ ਸਵੇਰੇ ਇਸ ਤਰ੍ਹਾਂ ਨਮਾਜ਼ ਅਦਾ ਕਰਕੇ ਕਹਿੰਦਾ ਯਾ ਖੁਦਾ ਮੈਂ ਤੈਨੂੰ ਕਦੀ ਦੇਖਿਆ ਨਹੀਂ, ਵੀ ਅੱਜ ਇਹਨਾਂ ਸਿੱਖੜਿਆਂ ਕੋਲੋਂ, ਸਿੱਖੜੇ ਕਹਿੰਦੇ ਨੇ ਮੁਸਲਮਾਨ ਸਾਨੂੰ,
ਇਹਨਾਂ ਸਿੱਖਣਿਆਂ ਕੋਲੋਂ ਮੈਂ ਇੱਕ ਨਵੀਂ ਗੱਲ ਸੁਣੀ ਵੀ ਤੂੰ ਧਰਤੀ 'ਤੇ ਆਇਆ, ਮੈਨੂੰ ਪਤਾ ਹੀ ਨਹੀਂ। ਕਦੀ ਤੁਸੀਂ ਵੀ ਕਹੋਗੇ, ਜ਼ਿੰਦਗੀ ਬੀਤ ਜਾਣ ਤੋਂ ਬਾਅਦ ਕਹੋਗੇ ਮੈਨੂੰ ਪਤਾ ਹੀ ਨਾ ਲੱਗਾ, ਵਾਹ ਵਾਹ ਬਾਣੀ। ਉੱਚੀ ਬੋਲੋ, ਵਾਹ ਵਾਹ ਬਾਣੀ। ਰੱਬ ਮੇਰੇ ਨਾਲ ਹੀ ਰਹਿੰਦਾ ਰਿਹਾ, ਗੁਰ ਮੇਰੇ ਮੇਰੇ ਅੰਗ ਸੰਗ ਰਹਿੰਦਾ ਰਿਹਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੈਨੂੰ ਪਤਾ ਨਾ ਲੱਗਾ। ਬਦਕਿਸਮਤ ਨੂੰ ਉਹਨੇ ਆਖਿਆ ਮੈਨੂੰ ਪਤਾ ਲੱਗਾ ਵੀ ਤੂੰ ਧਰਤੀ 'ਤੇ ਆਇਆ, ਮੈਨੂੰ ਪਤਾ ਨਹੀਂ ਲੱਗਾ। ਚਲੋ ਮੈਂ ਅੱਜ ਪਰਖੀ ਕਰ ਲੈਂਦਾ ਵੀ ਤੂੰ ਖੁਦਾ ਹੈ ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਅਨੰਦਪੁਰ ਸਾਹਿਬ, ਫਿਰ ਤਾਂ ਇੱਥੋਂ 37 ਵੀ ਲਿਆ, ਮੈਂ ਆਣ ਕੇ ਵੀ ਮਿਲ ਲੂੰ। ਮਗਰ ਆਨੰਦ ਤਾਂ ਵਾ ਵੀ ਮੈਂ ਸੁਣਿਆ ਵੀ ਆਪ ਮਿਲਿਆ ਘਰ ਆਏ, ਆਪ ਰੱਬ ਘਰ ਆਣ ਕੇ ਆਪ ਮਿਲ ਪੈਂਦਾ ਖੁਦਾ, ਜਿੱਥੇ ਹਰ ਅਰਾਧੀਏ ਜਿੱਥੇ ਹਰ ਮਿਤਸਾਈ ਉੱਥੇ ਮਿਲ ਪੈਂਦਾ। ਚਲੋ ਅੱਜ ਮੈਂ ਤੇਰੇ ਅੱਗੇ ਦੁਆ ਕੀਤੀ ਆ ਵੀ ਸਵੇਰੇ ਮੈਨੂੰ 5 ਵਜੇ ਮਿਲ। ਕਿਹਨੂੰ ਕਿਹਾ? ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਜੇ ਤੂੰ ਸੱਚਮੁੱਚ ਖੁਦਾ ਹੈ ਤਾਂ 5 ਵਜੇ ਆ ਇੱਧਰ। ਸਵੇਰੇ 4 ਵਜੇ ਇਸ਼ਨਾਨ ਕੀਤੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘਾ 20 ਘੋੜਿਆਂ 'ਤੇ ਸਕਾਠੀਆਂ ਪਾ ਦੇ, 1ਵੀਂ ਮੇਰੇ ਨੀਲੇ 'ਤੇ ਪਾਓ, ਛੇਤੀ ਜਾਣਾ ਹੈ, ਸਾਨੂੰ ਕੋ 5 ਵਜੇ ਯਾਦ ਕਰਦਾ। ਤੁਸੀਂ ਸੱਚੀ ਮੁੱਚੀ ਕਰਿਓ, ਸੱਚੀ ਮੁੱਚੀ ਮੇਰੀਓ ਬੱਚੀਓ ਕਰਿਓ। ਬਹੁਤਾ ਤਾਂ ਨਹੀਂ ਮੈਂ ਕਹਿੰਦਾ ਵੀ ਹੰਕਾਰ ਹੋ ਜਾਂਦਾ ਹੈ, ਮਗਰ ਹੱਥ ਜੋੜੇ ਇਤਬਾਰ ਕਰੋ। ਜਿੰਨੇ ਵਜੇ ਦਾ ਟਾਈਮ ਰੱਖੋਗੇ ਉਨੇ ਵਜੇ ਆਊਗਾ, ਜੇ ਨਾ ਆਵੇ ਤਾਂ ਤੁਹਾਡਾ ਚੁੰਕੀਦਾਰ ਆ, ਜੋ ਮਰਜ਼ੀ ਸਜ਼ਾ ਦਿਓ। ਆਵਾਜ਼ਾਂ ਮਾਰਦਾ ਨਹੀਂ ਸੰਸਾਰ, ਉਹਨੂੰ ਆਵਾਜ਼ ਨਹੀਂ ਮਾਰਦਾ। ਜਿੰਨਾ ਜਿੰਨਾ ਆਵਾਜ਼ਾਂ ਮਾਰੀਆਂ, ਜਿਹਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ। ਪੂਰਨ ਪ੍ਰਤਾਪ ਨਾਲ ਝੋਲੀਆਂ ਭਰਤੀਆਂ ਜਿਹਨੇ ਜਿਹਨੇ ਆਵਾਜ਼ ਮਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਅੱਜ ਸ਼ਹੀਦੇ ਮਲਾਹ ਨੇ ਮਾਰੀ, ਅੰਮ੍ਰਿਤ ਵੇਲਾ ਹੋਇਆ, 5 ਵਜੇ ਟਿੱਕੀ ਨਿਕਲਣ ਲੱਗੀ ਸੂਰਜ ਦੀ, ਅਤੇ ਇੱਧਰਲੇ ਪਾਸੇ ਪਹਾੜ ਦੀ ਦਾਈ ਤੋਂ, ਹੁਣ ਤਾਂ ਸ਼ਹਿਰ ਸ਼ੁਰੂ ਵੱਸ ਗਏ ਨੇ, ਉਦੋਂ ਨੰਗਲ ਦੇ ਨਾਲ ਨਿੱਕੀਆਂ ਨਿੱਕੀਆਂ ਪਹਾੜੀਆਂ ਹੁੰਦੀਆਂ ਸੀ, ਇੱਧਰੋਂ ਸੂਰਜ ਨੇ ਮੂੰਹ ਵਿਖਾਇਆ ਅਤੇ ਕਹਿੰਦਾ ਸੂਰਜ ਦੀ ਟਿੱਕੀ ਦੀ ਪਾਣੀ ਦੇ ਵਿੱਚ ਵੱਜੀ ਆ, ਬਹੁਤ ਸੋਹਣੀ ਅਤੇ ਬੜਾ ਚਾਨਣ ਹੋਇਆ, ਇਹ ਤਾਂ ਸੂਰਜ ਦੀ ਟਿੱਕੀ ਦਾ ਚਾਨਣ ਆ। ਉੱਧਰਲੇ ਪਾਸੇ ਕੋਈ 21 ਸਵਾਰ ਘੋੜੇ ਤੋਂ ਥੱਲੇ ਨੂੰ ਉਤਰੇ, ਅਤੇ ਰਾਤ ਦਾ ਕਹਿੰਦਾ ਸੀ ਖੁਦਾ ਦੇ ਦਰਸ਼ਨ ਕਰਨੇ। ਜਦੋਂ 21 ਸਵਾਰ ਵੇਖੇ, ਕਲਗੀ ਵੇਖੀ, ਘੋੜੇ ਵੇਖੇ, ਅਤੇ ਮਨ ਵਿੱਚ ਪਤਾ ਕੀ ਸੋਚਦਾ ਹੈ? ਕਹਿੰਦਾ ਕੋਈ ਪਹਾੜੀ ਰਾਜਾ ਆ ਗਿਆ ਹੈ। ਆਖੋ ਵਾਹਿਗੁਰੂ, ਕੋਈ ਚਲੋ ਕੋਈ ਗੱਲ ਨਹੀਂ, ਜੇ ਆ ਗਿਆ ਤਾਂ ਰਾਜਾ ਰਾਜਾ ਹੀ ਹੁੰਦਾ ਹੈ। ਰਾਜਾ 2-4-5 ਪੈਸੇ ਥੋੜ੍ਹੇ ਦਊਗਾ, ਬੜੀ ਵੱਡੀ ਮਜ਼ਦੂਰੀ ਮਿਲ ਜੂਗੀ। ਰਾਤ ਦਾ ਪਿਆਰ ਦੀਆਂ ਗੱਲਾਂ ਕਰ ਰਿਹਾ ਹੈ, ਜਦੋਂ ਸਾਹਮਣੇ ਆਈ ਗੱਲ ਤਾਂ ਉਦੋਂ ਸਾਹਮਣੇ ਫੁਰਨਾ ਕਾਹਦਾ ਬਣ ਗਿਆ? ਮਾਇਆ ਦਾ, ਮਜ਼ਦੂਰੀ ਦਾ ਬਣ ਗਿਆ। ਆ ਗਏ ਸਾਹਿਬ, ਕਹਿਣ ਲੱਗੇ ਸਿੱਧਿਆ ਉੱਧਰ ਜਾਣਾ ਹੈ, ਬੇੜੀ 'ਤੇ ਚੜ੍ਹਾ ਸਾਨੂੰ, ਆਓ ਬੈਠੋ ਜੀ। ਬਹਿ ਗਿਆ। ਅੰਦਰ ਜਾ ਕੇ ਜਿਹੜੀ ਇੱਕ ਟਿੱਕੀ ਸੀ ਨਾ, ਇੱਕ ਟਿੱਕੀ ਕਾਹਦੀ? ਸੂਰਜ ਦੀ। ਉੱਥੇ 2 ਟਿੱਕੀਆਂ ਦਿਸਣ ਲੱਗ ਪਈਆਂ, 2 ਟਿੱਕੀਆਂ, ਇੱਕ ਸੂਰਜ ਦੀ, ਇੱਕ ਮੇਰੇ ਸਾਹਿਬ ਦੀ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਮੇਰੇ ਮਾਲਕ ਦੇ ਰੂਪ ਦੀ ਇੰਨਾ ਨੂਰ ਸੀ, ਪਾਣੀ ਦੇ ਵਿੱਚ ਡਿੱਗੇ ਅਤੇ ਸੂਰਜਾਂ ਨੂੰ ਵੀ ਫਿੱਕਾ ਪਾਵੇ, ਮੇਰੇ ਮਹਾਰਾਜ ਦਾ ਚਿਹਰਾ। ਉਹਨੇ ਥੱਲੇ ਵੱਲ ਵੇਖਿਆ, ਨਦੀ ਵੱਲੋਂ ਵੇਖ ਕੇ ਤਾਂ ਝੁਕਦਾ 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 ਇੱਥੇ ਅੱਖਾਂ ਜਦੋਂ ਖੜੀਆਂ ਅਤੇ ਮੇਰੇ ਸਾਹਿਬ ਦੇ ਦੀਦਾਰ ਕੀਤੇ, ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ। ਉੱਥੇ ਹੀ ਅੱਖਾਂ ਅੱਡੀਆਂ ਰਹਿ ਗਈਆਂ ਅਤੇ ਬੇੜੀ ਚਲਾਉਣ ਦਾ ਚੇਤਾ ਹੀ ਭੁੱਲ ਗਿਆ ਵਿੱਚੇ ਹੀ।
ਅਤੇ ਮਨ ਵਿੱਚ ਸੋਚਦਾ ਮਨਾ, ਮਨ ਟਿਕ ਗਿਆ, ਮਨ ਵਿੱਚ ਸੋਚਦਾ ਮਨਾ ਇਹ ਘੜੀਆਂ ਹੁਣ ਗੁਜ਼ਰ ਨਹੀਂ ਨਾ, ਵਕਤ ਰੁਕ ਜਾਵੇ, ਮੈਂ ਇਹਦੇ ਚਿਹਰੇ ਵੱਲ ਵੇਖਦੇ ਰਹਾਂ। ਕਿੰਨਾ ਚਿਰ ਬਾਅਦ ਮਨ ਵਿੱਚ ਵਿਚਾਰ ਆਇਆ, ਮੇਰਿਆ ਮਨਾ, ਮੇਰਿਆ ਮਨਾ, ਕਿਤੇ ਇਹ ਉਹ ਤਾਂ ਨਹੀਂ ਪਤਾ ਲੱਗਾ। ਇਹ ਜਿਹਨੂੰ ਰਾਤ ਦਾ ਯਾਦ ਕਰਨ ਡਿਆ ਕਿਤੇ ਉਹੀ ਤਾਂ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਮੇਰੇ ਸਾਹਿਬ ਨੇ ਨਾ ਉਹਦੇ ਮੋਢੇ ਨੂੰ ਹੱਥ ਲਾ ਕੇ ਆਖਿਆ ਸੀ ਪਾਰ ਜਾਣਾ ਹੈ, ਛੇਤੀ ਬੇੜੀ ਚਲਾ, ਤੈਨੂੰ ਤਾਂ ਬੇੜੀ ਚਲਾਉਣ ਦਾ ਚੇਤਾ ਹੀ ਭੁੱਲ ਗਿਆ। ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕਿੱਥੇ ਕਿਸੇ ਨੂੰ ਚੇਤਾ ਰਹਿੰਦਾ ਜਦੋਂ ਮੇਰੇ ਸਾਹਿਬ ਕਿਤੇ ਸਾਹਮਣੇ ਆਣ ਕੇ ਖਲੋ ਜਾਣ। ਐਸਾ ਹੋਇਆ, ਆਖੋ ਵਾਹਿਗੁਰੂ, ਐਸੀ ਕਿਰਪਾ ਹੋਈ, ਬੇੜੀ ਉਹਨੇ ਬੰਨੇ ਲਾਈ, ਸਾਹਿਬ ਛਾਲ ਮਾਰ ਕੇ ਉਤਰੇ ਕੱਚੋਂ ਬੇੜੀ ਚੋਂ। ਇੱਕ ਸਿੰਘ ਦਇਆ ਸਿੰਘ, ਦੂਸਰਾ ਤੀਸਰਾ, ਐਂ ਬਚਿੱਤਰ ਸੋਹਣੀ ਅਤੇ ਭਾਈ ਉਹਦੇ ਸਿੰਘ ਵਰਗੇ ਸੂਰਮੇ ਸਿੱਖ ਛਾਲਾਂ ਮਾਰ ਕੇ ਬੇੜੀ ਚੋਂ ਉਤਰੇ। ਅੱਜ ਦੇ ਬਾਬਿਆਂ ਨੂੰ ਮੇਰੇ ਵਾਂਗੂ ਨਹੀਂ ਸੀ ਫੜ ਫੜ ਕੇ ਸਟੇਜ 'ਤੇ ਚੜ੍ਹਦੇ ਉਤਰਦੇ। ਸਿੰਘਾਂ ਕੋਲ ਆਹ ਦੋ ਬਚਨ ਮੇਰੇ ਨਾਲ ਮੇਰਾ ਬੱਚਾ ਕਰਨ ਡਿਆ ਸੀ, ਅੱਜ ਕੌਮ ਦੀ ਅਗਵਾਈ ਕੌਣ ਕਰੇ? ਆਖੋ ਵਾਹਿਗੁਰੂ, ਗੱਜ ਕੇ ਬੋਲੋ, ਕੌਮ ਦੀ ਕੋਈ ਸਰੀਰਕ ਸ਼ਕਤੀ ਕਿ ਰੂਹਾਨੀਅਤ ਦੀ ਸ਼ਕਤੀ? ਸਰੀਰਕ ਅਤੇ ਸ਼ਕਤੀ ਵਾਲਾ ਨਾ ਹੁਣ ਅਗਵਾਈ ਕਰ ਸਕਿਆ ਇਸ ਕੌਮ ਦੀ। ਹੁਣ ਤਾਂ ਕੋਈ ਰੂਹਾਨੀਅਤ ਦਾ ਮੁਜਸਮਾ ਉੱਠੇ, ਜਿਹਦੇ ਕੋਲ ਇੰਨੀ ਰੂਹਾਨੀਅਤ ਹੋਵੇ, ਇੰਨੀ ਰੂਹਾਨੀਅਤ ਹੋਵੇ, ਜਿਹਦੇ ਮੱਥੇ ਲੱਗੇ ਉਹਦੇ ਅੰਦਰ ਕੋਈ ਤਾਰ ਛੇੜ ਦੇਵੇ। ਆਖੋ ਵਾਹਿਗੁਰੂ। ਸਾਹਿਬ ਨੇ ਆਖਿਆ ਬੰਨੇ ਲਾ, ਬੇੜੀ ਬੰਨੇ ਲੱਗ ਗਈ, ਉੱਤਰ ਗਏ ਛਾਲਾਂ ਮਾਰ ਕੇ। ਅਤੇ ਅੰਦਰ ਦੀਆਂ ਜਾਣਨ ਵਾਲੇ ਨੇ ਭਾਈ ਦਇਆ ਸਿੰਘ ਨੂੰ ਕਿਹਾ, ਖੁਰਜੀ ਖੋਲ੍ਹ ਅਤੇ ਇਹਨੂੰ ਮਜ਼ਦੂਰੀ ਦੇ। ਰਾਤੀ ਇਹਨੇ ਮਨ ਵਿੱਚ ਸਵੇਰੇ ਫੁਰਨਾ ਬਣਾ ਲਿਆ ਵੀ ਮਜ਼ਦੂਰੀ ਬੜੀ ਮਿਲੂ, ਮਨ ਵਿੱਚ ਹੀ ਸੋਚ ਕੇ ਸਾਹਿਬ ਨੇ ਦਇਆ ਸਿੰਘ ਨੂੰ ਕਿਹਾ, ਇਹਨੂੰ ਮਜ਼ਦੂਰੀ ਦਿਓ, ਲੱਗ ਸਿੱਧਾ ਕਰੋ, ਸੁਚੇਤ ਹੋ ਕੇ ਬੈਠੋ ਇਹਨੂੰ। ਅਤੇ ਦਇਆ ਸਿੰਘ ਨੇ ਕੱਢ ਕੇ ਖੁਰਜੀ ਦੇ ਵਿੱਚੋਂ 5 ਮੋਹਰਾਂ ਸੋਨੇ ਦੀਆਂ ਦਿੱਤੀਆਂ, ਜਿਹਨੇ ਕਦੀ ਦੀਵਾਨੀ ਨਹੀਂ ਸੀ ਨਾ ਵੇਖੀ, ਉਹਨੂੰ ਸੋਨੇ ਦੀਆਂ ਦਿੱਤੀਆਂ। ਅਤੇ ਆਖਿਆ ਕਰ ਝੋਲੀ, ਇਸ ਤਰ੍ਹਾਂ ਝੋਲੀ ਕੀਤੀ ਸੀ। ਅਤੇ ਜਦੋਂ 5 ਮੋਹਰਾਂ ਪਾਉਣ ਲੱਗਾ ਭਾਈ ਦਇਆ ਸਿੰਘ ਸਾਹਿਬ, ਅਤੇ ਸਿੱਧਾ ਪੁੱਛਦਾ ਕਿੰਨੇ? ਕਹਿੰਦਾ ਜੀ 5 ਮੋਹਰਾਂ। ਇਸ ਤਰ੍ਹਾਂ ਝੋਲੀ ਕਰਕੇ ਇਕੱਠੀ, ਕਹਿੰਦੇ ਇਹ ਤਾਂ ਥੋੜ੍ਹੀ ਆ, ਇਹ ਤਾਂ ਮਜ਼ਦੂਰੀ ਬਹੁਤ ਥੋੜ੍ਹੀ ਆ, ਏਡਾ ਵੱਡਾ ਸ਼ਹਿਨਸ਼ਾਹ ਜੇ ਵਡਾ ਆਪ, ਏਡਾ ਵੱਡਾ ਸ਼ਹਿਨਸ਼ਾਹ 5? ਸਾਹਿਬ ਕਹਿੰਦੇ 10 ਕਰ ਦਿਉ। ਆਹ ਇਤਿਹਾਸ ਜੇ ਤੁਹਾਡਾ ਸੁਣਿਓ ਕਦੀ, 10 ਕਰ ਦਿਉ ਵੀ ਮੋਹਰਾਂ 10 ਕੀਤੀਆਂ, ਝੋਲੀ ਕੀਤੀ ਸੀ। ਕਹਿੰਦਾ ਨਾ, ਇਹ ਤਾਂ ਬਹੁਤ ਥੋੜ੍ਹੀ ਆ। ਮਹਾਰਾਜ ਪਾਤਸ਼ਾਹ ਕਹਿੰਦੇ 50 ਦੇ ਦਿਉ। 50 ਦੇਣ ਲੱਗੇ, ਕਹਿੰਦੇ ਇਹ ਤਾਂ ਬਹੁਤ ਥੋੜ੍ਹੀ ਹੈ। ਮਹਾਰਾਜ ਪਾਤਸ਼ਾਹ ਖੁਸ਼ ਹੋ ਕੇ ਹੱਸ ਕੇ ਕਹਿੰਦੇ, ਸਾਰੀ ਖੁਰਜੀ ਦੇ ਦੱਸੋ, ਮਿਟਾ ਦਿਉ ਇਹਦੀ ਭੁੱਖ। ਜਦੋਂ ਸਾਰੀ ਖੁਰਜੀ ਗਾਂ ਕੀਤੀ, ਕਹਿੰਦਾ ਇਹ ਤਾਂ ਬਹੁਤ ਥੋੜ੍ਹੀ ਹੈ। ਸੌਦੇ ਰਾਤ ਦੇ ਕੁਝ ਹੋਰ ਹੋ ਚੁੱਕੇ ਸੀ, ਸੌਦੇ ਅੰਮ੍ਰਿਤ ਵੇਲੇ ਦੇ ਕੋਈ ਹੋਰ ਹੋ ਚੁੱਕੇ ਸੀ, ਹੁਣ ਪੈਸੇ ਕਿੱਥੇ? ਇਹ ਤਾਂ ਅਸੀਂ ਸਾਰਾ ਜੀਵਨ ਪੈਸੇ ਹੀ ਮੰਗਦੇ ਰਹਿੰਦੇ ਹਾਂ। ਆਖੋ ਵਾਹਿਗੁਰੂ। ਬੁੱਢੇ ਹੋ ਕੇ ਵੀ ਅਰਦਾਸ ਕਰਾਉਣੇ ਕਾਰੋਬਾਰ 'ਚ ਵਾਧਾ ਪਵੇ, ਅਸੀਂ ਪ੍ਰੇਮ ਕਦੀ ਕੀਤਾ ਹੀ ਨਹੀਂ, ਬੇਡੀ ਪ੍ਰੀਤ ਮਜ਼ੂਰੀ ਮੰਗੇ, ਇਹੋ ਸੁਣ ਰਹੇ ਹੋ ਨਾ ਬੇਡੀ? ਉਹ ਤਾਂ ਕਿਸੇ ਨਾਲ ਪਿਆਰ ਮੰਗਦਾ, ਕੋਈ ਪਿਆਰ ਕਰੇ ਮੇਰੇ ਨਾਲ। ਜਦੋਂ ਨੇ ਆਖਿਆ
ਇਹ ਵੀ ਥੋੜ੍ਹੀ ਹੈ, ਮਹਾਰਾਜ ਨੇ ਕਿਹਾ ਖੁਰਜੀ ਦੇ ਦਿਓ, ਕਹਿੰਦਾ ਖੁਰਜੀ ਵੀ ਥੋੜ੍ਹੀ ਮੈਂ ਨਹੀਂ ਲੈਣੀ। ਫਿਰ ਸਾਹਿਬ ਬੋਲਿਆ, ਸੈਦਿਆ ਲੈਣਾ ਕੀ ਹੋ, ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ ਸਾਰਿਆਂ ਨੂੰ, ਸੈਦਿਆ ਲੈਣਾ ਕੀ ਹੋ। ਕਹਿੰਦਾ ਸੌਦਾ ਨਾ ਕਰ ਲਈਏ। ਕਿਆ ਬਾਤ ਆ, ਕੀ ਵਪਾਰ ਕਰ ਲਈਏ। ਅਤੇ ਅੱਗੋਂ ਸਾਹਿਬ ਕਹਿੰਦੇ ਵਪਾਰ ਤੇਰਾ, ਦਇਆ ਸਾਹਿਬ ਨੇ ਆਖਿਆ ਤੂੰ ਇੱਕ ਬੇੜੀ ਚਲਾਉਣ ਵਾਲਾ, ਇਹ ਚੈਨਛਾਵਾਂ ਦਾ ਚੈਨਛਾ, ਤੁਹਾਡਾ ਘਰ ਦਾ ਵਪਾਰ ਆ। ਸਾਹਿਬ ਕਹਿੰਦੇ ਚੁੱਪ ਰਹੋ ਜੀ, ਸੁਣੋ ਤਾਂ ਸਹੀ ਕੀ ਕਹਿੰਦਾ। ਕਹਿੰਦਾ ਮੈਂ ਇਹ ਮਨ ਵਿੱਚ ਸੋਚਿਆ ਵੀ ਤੂੰ ਵੀ ਮਿਲਾ ਅਤੇ ਮੈਂ ਵੀ ਮਿਲਾ। ਆਏ ਹਾਏ, ਪਤਾ ਲੱਗਾ ਤੂੰ ਵੀ ਮਿਲਾ ਮੈਂ ਵੀ ਮਿਲਾ। ਅੱਜ ਤੂੰ ਆਇਆ ਮੈਂ ਲਗਾਤਾ, ਤੇਰੀ ਤੇ ਹਮਾਰੀ ਕਿਛ ਜਾਤ ਨਾ ਨਿਆਰੀ। ਮਾਧੋ ਨਿਆਰੀ ਮਨੇ ਬੱਕਰੀ, ਇੱਕੇ ਜਾਤ ਦੇ ਹੀ ਹੈ ਨਾ। ਕੀ ਮਿਲਾ, ਤੂੰ ਵੀ ਮਿਲਾ। ਤੇਰੀ ਤੇ ਹਮਾਰੀ ਕਿਛ ਜਾਤ ਨਾ ਨਿਆਰੀ। ਮਾਧੋ ਦੇ ਕੇ ਮਜ਼ੂਰੀ ਮੁਝੇ ਪਿਛਾ ਨਾ ਪਸਾਰੀਏ। ਪੈਸੇ ਦੇ ਕੇ ਹੁਣ ਪਿੱਛਾ ਨਾ ਕਰ, ਮਲਾਹ ਨੂੰ ਮਲਾਹ ਮਿਲ ਗਿਆ, ਆਖੋ ਵਾਹਿਗੁਰੂ। ਪਤਾ ਲੱਗਾ ਕੋਈ ਟਰਾਂਸਪੋਰਟ ਵਾਲਾ ਬੰਦਾ ਹੋਵੇ, ਦੂਸਰੀ ਟਰਾਂਸਪੋਰਟ ਸਫ਼ਰ ਕਰੇ ਨਾ, ਅਤੇ ਉਹ ਟਿਕਟ ਨਹੀਂ ਦਿੰਦੇ, ਕਹਿੰਦੇ ਤੂੰ ਜਿੱਦਣ ਆਏਗਾ ਤੈਨੂੰ ਚੜ੍ਹਾ ਲਾਂਗੇ। ਆਖੋ ਵਾਹਿਗੁਰੂ। ਤੇਰੀ ਤੇ ਹਮਾਰੀ ਕਿਛ ਜਾਤ ਨਾ ਨਿਆਰੀ। ਮਾਧੋ ਦੇ ਕੇ ਮਜ਼ੂਰੀ ਮੁਝੇ ਪਿਛਾ ਨਾ ਪਸਾਰੀਏ। ਮੇਰੇ ਘਾਟ ਆਇਆ ਏ ਤੁਝੇ ਪਾਰ ਲੰਘਾਇਆ ਸਈਆਂ, ਤੇਰੇ ਘਾਟ ਆਵਾਂ ਮੁਝੇ ਪਾਰ ਉਤਾਰੀਏ। ਜਦੋਂ ਤੇਰੇ ਕੋਲ ਆਵਾਂ ਮੈਨੂੰ ਪਾਰ ਲੰਘਾ ਦੀ। ਅਤੇ ਸਾਹਿਬ ਨੇ ਆਖਿਆ ਫਿਰ ਤੈਨੂੰ ਵਪਾਰ ਕਰਨਾ ਆਇਆ ਨਹੀਂ। ਸੁਣੋ ਗੁਰੂ ਕੀ ਸਿੱਖ ਸਹੀਦਿਆ, ਤੈਨੂੰ ਵਪਾਰ ਕਰਨਾ। ਕਹਿੰਦਾ ਮਹਾਰਾਜ ਬੜਾ ਸੋਹਣਾ ਕੀਤਾ, ਮੈਂ ਤੁਹਾਨੂੰ ਨਗਾਇਆ ਅਤੇ ਤੁਸੀਂ ਮੈਨੂੰ ਨਗਾ ਦਿਓ। ਸਾਹਿਬ ਨੇ ਆਖਿਆ ਨਹੀਂ ਨਹੀਂ, ਤੂੰ ਇਕੱਲਾ ਅਸੀਂ ਇੱਕੀ, ਧਿਆਨ ਦਿਓ, ਤੂੰ ਅਤੇ ਅਸੀਂ ਇੱਕੀ ਨੰਗੇ, ਸੌਦਾ ਫਟਦਾ ਨਹੀਂ। ਮਹਾਰਾਜ ਹੁਕਮ ਕਰੋ, ਕਾਪੀ ਪੈਨਸਲ ਚੁੱਕੀ ਸਾਹਿਬ ਨੇ, ਦਇਆ ਸਿੰਘ ਕੋਲੋਂ ਕਾਗਜ਼ ਫੜੇ, ਉੱਤੇ ਮੂਲ ਮੰਤਰ ਲਿਖਿਆ, ਆਖੋ ਵਾਹਿਗੁਰੂ। ਮੂਲ ਮੰਤਰ ਲਿਖ ਕੇ ਆਖਿਆ ਤੂੰ ਨਮਾਜ਼ ਵੀ ਕਰਿਆ ਕਰ ਤੇ ਮੂਲ ਮੰਤਰ ਵੀ ਪੜ੍ਹਿਆ ਕਰ। ਤੂੰ ਮੇਰੇ ਇੱਕੀ ਸਿੰਘ ਨਗਾਏ ਨੇ ਸਾਨੂੰ, ਤੇਰੀਆਂ ਇੱਕੀ ਕੁਲਾਂ ਗੁਰੂ ਨਾਨਕ ਪਾਰ ਕਰੋ। ਜੇ ਤੁਸੀਂ ਪ੍ਰੀਤ ਕਰਨੀ ਸਿੱਖ ਲਓ, ਤੇ ਅੱਜ ਦਾ ਕੀ ਸੀ ਬੇਡੀ ਪ੍ਰੀਤ ਦੀ ਮਜ਼ਦੂਰੀ ਨਹੀਂ ਲੋਕੀ ਦਿੰਦੇ। ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕੋ ਸ਼ਾਨ ਛੁਆਵੇ ਹੋ, ਲੋਕ ਕਟੰਬ ਸਭੂ ਤੇ ਤੋਰੇ। ਫਿਰ ਬੁਲਾਉਣਾ ਨਹੀਂ ਪੈਣਾ, ਉਹਨੇ ਆਪੇ ਆ ਜਾਣਾ। ਪ੍ਰੇਮ ਤੁਸੀਂ ਦੱਸੋ, ਜਿੱਦਣ ਕੋਈ ਫੁੱਲ ਖਿੜਦਾ ਹੈ, ਆਖੋ ਵਾਹਿਗੁਰੂ। ਉੱਚੀ ਬੋਲਿਆ ਕਰੋ ਫਿਰ ਆਨੰਦ। ਜਿੱਦਣ ਕੋਈ ਭਵਰੇ ਨੂੰ ਸੱਜਣ ਜਾਂਦਾ ਹੈ ਕਿ ਆਪੇ ਆਉਂਦਾ, ਕਿਹੜੀ ਚੀਜ਼ ਲੈ ਕੇ ਆਉਂਦੀ? ਸੁਗੰਧੀ। ਸਿੱਖਾ ਜਿੱਦਣ ਤੇਰੇ ਚੋਂ ਪ੍ਰੇਮ ਦੀ ਸੁਗੰਧੀ ਨਿਕਲੀ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਵਾਜ਼ਾਂ ਨਹੀਂ ਮਾਰਨੀਆਂ ਪੈਣੀਆਂ। ਗੁਰੂ ਵੀ ਮਹਾਰਾਜ ਆਓ, ਮਹਾਰਾਜ ਆਓ, ਮਹਾਰਾਜ ਤੇਰੀ ਸੁਗੰਧੀ ਖਿੱਚ ਕੇ ਲਿਆਊਗੀ। ਸੁਗੰਧੀ ਨਿਕਲੀ ਨਹੀਂ, ਮੁੱਖ ਆਵਤ ਤਾਂ ਕਿ
ਮੂੰਹ ਦੇ ਵਿੱਚੋਂ ਨਿੰਦਾ ਚੁਗਲੀ ਦੁਈ ਦਵੈਤ ਦੀ ਗੰਧ ਆ ਰਹੀ ਆ, ਬਦਬੋ ਆ ਰਹੀ ਆ, ਈਰਖਾ ਨਾਲ ਭਰਿਆ ਪਿਆ ਹੈ, ਤਾਂ ਕਹਿੰਦਾ ਗੁਰੂ ਆਵੇ ਸੁਗੰਧੀ ਆਖੋ ਵਾਹਿਗੁਰੂ ਆ। ਵੇਖਿਆ ਜੇ ਤੁਸੀਂ ਉਹ ਕੀ ਪਾਉਂਦੇ ਹੋ, ਕੀ ਕਹਿੰਦੇ ਉਹਨੂੰ ਪਰਫਿਊਮ, ਪਰਫਿਊਮ ਕਿੰਨਾ ਪਾਉਂਦੇ, ਲਾਗੇ ਕੋਈ ਖਲੋਵੇ ਤਾਂ ਐਂ ਲੱਗਦਾ ਵੀ ਪਤਾ ਨਹੀਂ ਸਾਰੀ ਡੱਬੀ ਡੋਲ ਆਇਆ। ਬਾਹਰੋਂ ਪਾਏ ਪਰਫਿਊਮ ਨਾਲ ਕਿਤਨਾ ਸੋਹਣੇ ਹੋ ਜਾਓਗੇ ਤੁਸੀਂ, ਕੀ ਕਿਹਾ? ਫਿਰ ਕੀ ਕਰੀਏ, ਹਰ ਫੁੱਲ ਦੇ ਅੰਦਰੋਂ ਖੁਸ਼ਬੂ ਉੱਠਦੀ, ਪਤਾ ਕਿ ਵੈਸੇ ਸਿਰ ਲਾ ਰਹੇ। ਇੱਕ ਪਲਾਂਟ ਲਾਈਏ ਫੁੱਲ ਦਾ, ਅਤੇ ਇੱਕ ਦਿਨ ਐਸਾ ਆਉਂਦਾ ਉਹਦੇ ਵਿੱਚੋਂ ਖੁਸ਼ਬੂ ਉੱਠਦੀ, ਅਤੇ ਭੌਰਾ ਉਸੇ ਦਿਨ ਉੱਥੇ ਹਾਜ਼ਰ ਹੋ ਜਾਂਦਾ ਹੈ। ਗੁਰੂ ਵੀ ਭੌਰਾ ਹੈ, ਆਪੇ ਭਵਰਾ ਬਾਸਲੇ, ਆਪੇ ਭਵਰਾ, ਆਪ ਹੀ ਉਹ ਵਾਹਿਗੁਰੂ ਭੌਰਾ ਬਣ ਕੇ ਫਿਰ ਸਿੱਖ ਦੀ ਜ਼ਿੰਦਗੀ ਦੀ ਖੁਸ਼ਬੂ ਲੈਂਦਾ ਹੈ। ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠ ਖਲੋਤਾ, ਮੇਰੇ ਸਿੱਖ ਨੇ ਵਾਸ਼ਨਾ ਛੱਡਤੀਆਂ, ਮੇਰੇ ਸਿੱਖ ਨੇ ਝੂਠ ਛੱਡਤਾ, ਮੇਰੇ ਸਿੱਖ ਨੇ ਈਰਖਾ ਛੱਡਤੀ, ਹੁਣ ਇਹਦੇ ਵਿੱਚੋਂ ਸ਼ੁਭ ਗੁਣਾਂ ਦੀ ਖੁਸ਼ਬੂ ਆਉਣ ਲੱਗ ਪਈ ਆ, ਅਤੇ ਉਹ ਭੌਰਾ ਬਣ ਕੇ ਆਣ ਕੇ ਗਲਵੱਕੜੀਆਂ ਪਾਉਂਦਾ ਹੈ। ਆਖੋ ਵਾਹਿਗੁਰੂ। ਤੁਸੀਂ ਸੱਚਮੁੱਚੀ ਜਿਹੜਾ ਇੱਕ ਬੂਟੇ ਨੂੰ ਫੁੱਲ ਲੱਗਾ ਹੈ, ਉਹ ਚਾਹਵੇ ਵੀ ਤਾਂ ਭੌਰੇ ਤੱਕ ਨਹੀਂ ਪਹੁੰਚ ਸਕਦਾ। ਤੁਸੀਂ ਇਹ ਭੁਲੇਖਾ ਛੱਡ ਦਿਉ, ਤੁਸੀਂ ਗੁਰੂ ਤੱਕ ਪਹੁੰਚ ਜਾਓਗੇ। ਕੰਮ ਇਹੋ ਜਿਹੇ ਕਰੋ, ਗੁਰੂ ਆਵੇ ਤੁਹਾਡੇ ਕੋਲ, ਆਪ ਮਿਲਿਆ ਘਰ ਆਏ, ਬੋਲੋ ਹਾਂ, ਇਤਨਾ ਲਿਖਿਆ ਆਪ ਮਿਲਿਆ, ਅਤੇ ਉਹਦੇ ਨਾਲ ਪਿਆਰ ਕਰੋ। ਪਿਆਰ ਕਰਨ ਦੇ ਨਾਲ ਹੀ ਮੇਰੇ ਸਾਹਿਬ ਜੀ, ਰਾਜਨ ਕੌਣ ਤੁਮਾਰੇ ਆਵੇ, ਬੋਲੋ ਹਾਂ। ਇੱਕ ਗਰੀਬੜਾ ਸੀ ਜਿਹਦਾ ਨਾਮ ਬਿਦਰ ਸੀ, ਕੀ ਸੀ ਬੋਲੋ? ਇਹਨੂੰ ਪਤਾ ਲੱਗਾ ਵੀ ਮੇਰੇ ਬੂਹੇ ਦੇ ਅੱਗੋਂ ਦੀ ਅੱਜ ਕ੍ਰਿਸ਼ਨ ਨੇ ਜਾਣਾ ਹੈ, ਕ੍ਰਿਸ਼ਨ ਭਗਵਾਨ ਨੇ ਲੰਘਣਾ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਉੱਥੇ ਬਾਣੀ 'ਚ ਭਗਵਾਨ ਸ਼ਬਦ ਵਰਤਿਆ, ਜੇ ਸ਼ੰਕਾ ਨਾ ਕਰੇ ਉਹ ਮਾਰੇ ਜਾਓਗੇ। ਤ੍ਰੇਤੇ ਦੇ ਅਵਤਾਰ ਨੂੰ, ਦੁਆਪਰ ਦੇ ਅਵਤਾਰ ਨੂੰ ਕੀ ਲਿਖਿਆ? ਭਗਵਾਨ ਕ੍ਰਿਸ਼ਨ, ਸ੍ਰੀ ਭਗਵਾਨ, ਸ੍ਰੀ ਭਗਵਾਨ ਲਿਖਿਆ। ਰਾਜਨ ਕੌਣ ਤੁਮਾਰੇ ਆਵੇ, ਉਹਨੇ ਪੁੱਛਿਆ ਦੁਰਯੋਧਨ ਨੇ ਵੀ ਕਿੱਥੇ ਰਹਿ ਗਏ, ਅਸੀਂ ਤਾਂ ਰਾਤ ਤੁਹਾਡੇ ਖੀਰਾਂ ਬਣਾ ਕੇ ਬੈਠੇ, ਬੀਬਾ ਟਿਕੇ ਹੋ ਨਾ ਪੁੱਤ, ਖੀਰਾਂ ਬਣਾ ਕੇ ਬੈਠੇ, ਦੁੱਧ 'ਚ ਕਾਜੂ ਪਾ ਕੇ ਬਦਾਮ ਪਾ ਕੇ ਬੈਠੇ ਤੇਰੇ ਲਈ, ਵੀ ਭਗਵਾਨ ਨੇ ਆਉਣਾ ਅਤੇ ਤੈਨੂੰ ਦੁੱਧ ਪਿਆਵਾਂਗੇ, ਖੀਰ ਖਵਾਵਾਂਗੇ, ਅਤੇ ਤੂੰ ਕਿੱਥੇ ਰੁਕ ਗਏ ਹੋ? ਤੂੰ ਤੂੰ ਕਰਕੇ ਬੋਲੇ ਭਗਵਾਨ ਨੂੰ, ਕਿਉਂਕਿ ਰਾਜਾ ਸੀ ਨਾ, ਕੌਣ ਦੁਰਯੋਧਨ, ਰਾਜਾ ਸੀ ਹੰਕਾਰ ਵਿੱਚ। ਉਹਨੇ ਜਦੋਂ ਇਹ ਗੱਲ ਪੁੱਛੀ ਤੇ ਕਿਹਾ ਰਾਜਨ, ਉੱਤੇ ਲਿਖਿਆ ਜੇ ਕੌਣ ਤੁਮਾਰੇ, ਇਹ ਭਗਵਾਨ ਬੋਲ ਰਹੇ ਜੇ, ਐਸੋ ਭਾਉ ਬਿਦਰ ਕੋ ਦੇਖਿਓ, ਭਾਉ ਮਣੇ ਮੈਂ ਉਹਦਾ ਪਿਆਰ ਵੇਖਿਆ, ਉਹ ਗਰੀਬ ਮੋਏ ਭਾਵੈ, ਉਹਦਾ ਪਿਆਰ ਮੈਨੂੰ ਬਾਹੋਂ ਫੜ ਕੇ ਭਾ ਬੈਠਾ, ਕਹਿੰਦਾ ਨਹੀਂ ਅੱਗੇ ਨਹੀਂ ਕਿਤੇ ਵੀ, ਅੱਗੇ ਨਹੀਂ ਇੱਥੇ ਹੀ। ਆਖੋ ਵਾਹਿਗੁਰੂ। ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ, ਮੇਰੇ ਕਿਉਂ ਨਾ ਆਇਓ? ਅੱਗੋਂ ਦੁਰਯੋਧਨ ਕਹਿੰਦਾ ਮੇਰੇ ਕਿਉਂ ਨਾ ਆਇਓ? ਹਸਤੀ ਦੇਖ ਭਰਮ ਤੇ ਭੁੱਲਾ, ਹਸਤੀ ਆਪਣੀ ਵੇਖ ਕੇ ਬਾਦਸ਼ਾਹਾਂ ਵਾਲੀ, ਤੂੰ ਭਰਮ 'ਚ ਪੈ ਗਏ ਹੋ, ਸ੍ਰੀ ਭਗਵਾਨ ਨਾ ਤੁਮਰੋ ਦੂਧ ਬਿਦਰ ਕੋ ਪਾਨੋ, ਤੇਰਾ ਕਾਜੂਆਂ ਵਾਲਾ ਦੁੱਧ ਅਤੇ ਉਹਦਾ ਕੌਲਾ ਪਾਣੀ ਦਾ,
ਅੰਮ੍ਰਿਤ ਕਰ ਮੈਂ ਮਾਨਿਆ। ਬੋਲੋ ਗੁਰੂ ਕੇ ਸਿੱਖੋ, ਪਾਣੀ ਵਾਲੇ ਨੇ, ਪ੍ਰੇਮ ਵਾਲੇ ਨੇ ਪਾਣੀ ਦਾ ਕੁੱਲਾ ਪਿਆ ਦਿੱਤਾ ਤੇ ਕਹਿੰਦਾ ਅੰਮ੍ਰਿਤ ਪੀ ਲਿਆ, ਤੇਰੇ ਦੁੱਧ ਨਾਲੋਂ ਮੈਨੂੰ ਉਹਦਾ ਪਾਣੀ ਚੰਗਾ। ਅੰਮ੍ਰਿਤ ਕਰ ਮੈਂ ਮਾਨਿਆ ਤੇ ਉਹਨੇ ਟੀਚਰ ਕਰਕੇ ਆਖਿਆ ਚਲੋ ਪਾਣੀ ਤੇ ਅੰਮ੍ਰਿਤ ਕਰਕੇ ਮੰਨ ਲਿਆ ਹੀ। ਖੀਰ ਜਿਹੜੀ ਬਣਾਈ ਸੀ ਇੱਥੇ, ਉੱਥੇ ਖੀਰ ਤਾਂ ਨਹੀਂ ਮਿਲੀ ਹੋਣੀ, ਸੁਣਿਆ ਤੂੰ ਉਦੋਂ ਵੀ CID ਹੁੰਦੀ ਸੀ, ਸੁਣਿਆ ਵੀ ਅਲੂਣਾ ਸਾਗ ਹੀ ਖਾਂਦਾ ਰਿਹਾ ਉੱਥੇ, ਖੀਰ ਤਾਂ ਨਹੀਂ ਮਿਲੀ ਨਾ। ਖੀਰ ਸਮਾਨ ਸਾਗ ਮੈਂ ਪਾਇਆ, ਸਮਾਨ ਬਣੇ ਬਰਾਬਰ ਤੇਰੀ ਖੀਰ ਦੇ ਬਰਾਬਰ, ਮੈਂ ਉੱਥੋਂ ਸੱਚਮੁੱਚੀ ਅਲੂਣਾ ਸਾਗ ਖਾਧਾ। ਇੰਨਾ ਨਸ਼ਾ ਚੜਿਆ, ਇੰਨਾ ਨਸ਼ਾ ਚੜਿਆ, ਗੁਣ ਗਾਵਤ ਰਹਿਣ ਬਿਹਾਨੀ ਸਾਰੀ ਰਾਤ ਵਾਹਿਗੁਰੂ 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 ਵਾਹਿਗੁਰੂ। ਇਤਨਾ ਚੜ ਜਾਂਦਾ ਜੇ ਧਰਮੀ ਦੀ ਰੋਟੀ ਖਾ ਕੇ। ਐਸਾ ਚੌਂਕੜਾ ਵੱਜਾ ਕੰਨੂ ਨੇ ਸਾਗ ਚੋਂ, ਸਤਨਾਮ ਸਿੰਘ। ਥੋੜਾ ਹੋਰ, ਸੰਤਨ ਕਾ ਦਾਣਾ ਰੁੱਖਾ, ਬੋਲੋ ਹਾਂ ਹੋਵੇ ਭਗਤੀ ਭਾਵ ਵਾਲੀ ਜੀਵਾਤਮਾ ਤੇ ਉਹਦੇ ਘਰੋਂ ਰੁੱਖੇ ਦਾਣੇ ਖਾ ਲਓ। ਆ ਗਿਆ ਸੋ ਸਰਬ ਨਿਧਾਨ, ਉਹਦੇ ਵਿੱਚ ਰੁੱਖੇ ਦਾਣੇ 'ਚ ਹੀ ਸਾਰੇ ਭੰਡਾਰੇ ਭਰੇ ਪਏ। ਇੱਥੋਂ ਤੱਕ ਪੜ੍ਹ ਲਿਆ ਪੁੱਤ, ਸੰਤਨ ਕਾ ਦਾਣਾ ਰੁੱਖਾ ਸੋ ਸਰਬ, ਉਹਦੇ ਵਿੱਚ ਸਾਰੇ ਖਜ਼ਾਨੇ ਮਗਰ ਸਾਕਤ ਗ੍ਰਹਿ 36 ਪ੍ਰਕਾਰ। ਚਿੱਥੋ ਗੁਰੂ ਕੇ ਸਿੱਖੋ, ਇਹਨਾਂ 'ਤੇ ਚਿੱਤ ਲਿਆ, ਤੁਸੀਂ ਵੀ ਚਿੱਥੋ ਕੀ ਸਾਕਤ ਦੇ ਘਰੋਂ ਖਾਧੇ 36 ਪ੍ਰਕਾਰ ਦੇ ਪਨੀਰ, ਕੜੀਆਂ, ਛੋਲੇ, ਸਮਝ ਲਓ ਯਾਰ ਖਾ ਲਿਆ ਯਾਰ। ਮੈਂ ਨਹੀਂ ਕਹਿ ਰਿਹਾ ਉਹ ਪੜੋ ਬੋਰਡ ਤੇ ਬਿਖੂ, ਫਿਰ ਬੋਲੋ ਯਾਰ ਖਾ ਲਿਆ ਜਿਹੜਾ ਨਾਮ ਨਹੀਂ ਜਪਦਾ ਉਹਦੇ ਘਰੋਂ, ਪਨੀਰ ਵੀ ਖਾਧਾ ਤੇ ਸਮਝ ਲਓ ਯਾਰ ਖਾ ਲਿਆ। ਸਾਕਤ ਸਿਉਂ ਮੁੱਖ ਜੋੜੀਏ, ਕਰ ਲਓ ਦੋਸਤੀ ਸਾਕਤ ਸਿਉਂ, ਉੱਤੇ ਆਇਆ ਅੱਧ ਵਿੱਚੋਂ ਟੁੱਟੇ
ਸਾਕਤ ਦੀ ਦੋਸਤੀ ਕਦੀ ਸਿਰੇ ਨਹੀਂ ਚੜ੍ਹਦੀ। ਉਹ ਗੁਰੂ ਕੇ ਸਿੱਖੋ, ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਇਸ ਕਸਵੱਟੀ 'ਤੇ ਕਿਸੇ ਨਾਲ ਦੋਸਤੀ ਕਰੋ, ਜੇ ਉਹਦੀ ਸੁਰਤ ਉੱਡਦੀ ਆ ਉਹਦੇ ਨਾਲ ਦੋਸਤੀ ਕਰੋ, ਜੇ ਉਹ ਰੱਬ ਦੇ ਘਰ ਨੂੰ ਤੁਰਿਆ ਹੈ ਤਾਂ ਉਹਦੇ ਨਾਲ ਦੋਸਤੀ ਕਰੋ, ਜੇ ਉਹ ਜੀਂਦਾ ਹੈ ਅਤੇ ਤਾਂ ਦੋਸਤੀ ਕਰੋ, ਜੇ ਉਹ ਵਾਸ਼ਨਾ ਵੱਲੋਂ ਮਰ ਗਿਆ ਤਾਂ ਤਾਂ ਦੋਸਤੀ ਕਰੋ। ਉਹ ਤਰ੍ਹਾਂ ਨਾਲ ਦੋਸਤੀਆਂ ਕਰੋ, ਕਸਵੱਟੀ 'ਤੇ ਆਓ। ਆਖੋ ਵਾਹਿਗੁਰੂ। ਪ੍ਰੇਮ ਦੀ ਪਰਿਭਾਸ਼ਾ 'ਚ ਅੱਜ ਮਾਲਕ ਨੇ ਆਖਿਆ, ਬੇਡੀ ਪ੍ਰੀਤ ਮਜ਼ੂਰੀ ਮੰਗੇ ਜੇ ਕੋ ਸ਼ਾਨ, ਲੋਕ ਕਟੰਬ ਸਭੂ 'ਤੇ ਤੋੜੇ। ਆ ਜਿੰਨੀਆਂ ਅੱਜ ਲੋਕ ਕਰਹਿਦਾਂ ਕਰਦੇ ਨੇ ਨਾ, ਰੋਮਾਂ ਦੀ ਬੇਅਦਬੀ, ਦੂਸਰੀਆਂ ਸ਼ਰਾਬਾਂ, ਤੀਸਰਾ, ਇਹ ਸਾਰਾ ਲੋਕਾਂ ਦੇ ਪਿੱਛੇ ਕਰਕੇ। ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਇੱਥੇ ਮੈਂ ਅਮਰੀਕਾ ਦੇ ਵਿੱਚ ਹੁਣ ਕਥਾ ਕਰਕੇ ਆਇਆ, ਮੈਨੂੰ ਇੱਕ ਪਰਿਵਾਰ ਨੇ ਦੱਸਿਆ, ਆਖੋ ਵਾਹਿਗੁਰੂ। ਇਤਨਾ ਬੈਠੋ, ਥੋੜ੍ਹਾ ਚਿਰ ਸਮਸਚੇਤ ਹੋ ਗਏ, ਭਾਗਾਂ ਵਾਲੇ ਹੋ ਤੁਸੀਂ। ਉਹ ਕਹਿੰਦਾ ਮੈਂ ਆਪਣੀ ਧੀ ਦੀ ਮੰਗਣੀ ਕਰਤੀ, ਜਸਵੀਰ ਸਿੰਘ ਸੁਣ ਲਾ, ਧੀ ਦੀ ਮੰਗਣੀ ਕਰਤੀ, ਅੰਮ੍ਰਿਤਧਾਰੀ ਮੇਰੀ ਬੱਚੀ। ਵਿਆਹ ਵਾਲੇ ਦਿਨ ਤੋਂ 3 ਦਿਨ ਪਹਿਲਾਂ ਮੇਰੇ ਕੁੜਮਾਂ ਦਾ ਫੋਨ ਆਇਆ ਵੀ ਮੈਂ ਤਾਂ ਪੀਂਦਾ ਨਹੀਂ, ਨਾ ਮੈਂ ਮਾਸ ਖਾਣਾ। ਇੱਥੇ ਕੀ ਕਰ ਰਹੇ ਪੁੱਤ? ਨਾ ਮੈਂ ਮਾਸ ਖਾਣਾ। ਮੇਰੇ ਰਿਸ਼ਤੇਦਾਰ ਕਹਿੰਦੇ ਆ ਵੀ ਮਾਸ ਅਤੇ ਸ਼ਰਾਬ ਦੀ ਰੋਟੀ ਪਾਓ, ਮੁੰਡੇ ਵਾਲਾ ਕਹਿੰਦਾ। ਉਹਦਾ ਮੈਨੂੰ ਫੋਨ ਆਇਆ, ਆਖੋ ਵਾਹਿਗੁਰੂ। ਮੈਂ ਉਹਨੂੰ ਕਿਹਾ ਧੀ ਨੂੰ ਅੰਮ੍ਰਿਤ ਮੈਂ ਹੱਥੀਂ ਛਕਾਇਆ, ਦਾਸ ਨਹੀਂ, ਪੰਜਾਂ 'ਚ ਲੱਗਾ ਸੀ ਜਦੋਂ ਉਹਨੇ ਛਕਿਆ ਅੰਮ੍ਰਿਤ। ਮੈਂ ਕਿਹਾ ਨਾ ਪਾਈ। ਕਹਿੰਦਾ ਉਹ ਕਹਿੰਦਾ ਕੁੜਮ ਅਸੀਂ ਰੁੱਸ ਜਾਵਾਂਗੇ ਫਿਰ ਤਾਂ ਅਸੀਂ ਆਉਣਾ ਹੀ ਨਹੀਂ। ਮੈਂ ਕਿਹਾ ਨਾ ਆਉਣ, ਨਾ ਆਉਣ। ਕਹਿ ਇੱਕ ਵਾਰ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਕਿਦ ਕਰਦੇ ਇੱਕੇ ਦਿਨ ਫੈਸਲਾ। ਇਹ ਮੂੰਹ ਇੱਕ ਦਿਨ ਲਈ ਨਹੀਂ ਉਹ ਖੁੱਲ੍ਹਿਆ, ਇਹ ਬੜੇ ਦਿਨ ਲਈ ਖੁੱਲ੍ਹਾ ਹੀ। ਇਹਨੇ ਕਦੀ ਕੁਝ ਮੰਗਣਾ ਹੀ, ਕਦੀ ਕੁਝ ਮੰਗਣਾ ਹੀ। ਇੱਕੇ ਦਿਨ ਫੈਸਲਾ ਕਰ, ਨਹੀਂ ਆਉਣਾ ਤਾਂ ਨਾ ਆਇਆ। ਕਹਿੰਦਾ ਕੋਈ ਵੀ ਨਾ, ਵਿਆਹ ਆਇਆ ਫਿਰ ਕੀ ਬਣੂ? ਆਖੋ ਵਾਹਿਗੁਰੂ। ਉੱਥੇ ਕੋਈ ਹੋਰ ਸਿੰਘ ਬੈਠਾ ਸੀ, ਮੈਂ ਆਖਿਆ ਵੀ ਇਹ ਇਤਨਾ ਕਹਿੰਦਾ ਕਹਿੰਦਾ ਉਹ ਭਗਤੀ ਵਾਲਾ ਸੀ, ਬੜੀ ਭਗਤੀ ਵਾਲਾ ਬੰਦਾ ਹੈ। ਉਹਨੂੰ ਕਹੋ ਵੀ ਜੇ ਕੋਈ ਨਾ ਆਊਗਾ ਤਾਂ ਤੇਰੀ ਧੀ ਦੇ ਵਿਆਹ 'ਚ ਗੁਰੂ ਹਰਗੋਬਿੰਦ ਸਾਹਿਬ ਜ਼ਰੂਰ ਆਉਣਗੇ। ਸੱਚੀ ਮੁੱਚੀ ਉਹਨੇ ਸਾਨੂੰ ਦੱਸਿਆ, ਜਿੱਦਣ ਧੀ ਦਾ ਆਨੰਦ ਕਾਰਜ ਹੋਇਆ, ਨਹੀਂ ਪਾਈ ਰੋਟੀ ਮੀਟ ਅਤੇ ਸ਼ਰਾਬ ਦੀ, ਸਾਦਾ ਭੋਜਨ ਪਾਇਆ, ਵਿਆਹ ਵੀ ਹੋਇਆ, ਸ਼ਗਨ ਦੇਣ ਵਾਲੇ ਲਿਫਾਫੇ ਜਦੋਂ ਖੋਲ੍ਹੇ, ਆਖੋ ਵਾਹਿਗੁਰੂ, ਕਿਸੇ ਦੇ $21, ਕਿਸੇ ਦਾ $100, ਇੱਕ ਲਿਫਾਫਾ ਨਿਕਲਿਆ ਜਿਹਦੇ 'ਚੋਂ $1100 ਨਿਕਲਿਆ ਅਤੇ ਉੱਤੇ ਕਿਸੇ ਦਾ ਨਾਂ ਨਹੀਂ, ਮੂਲ ਮੰਤਰ ਲਿਖਿਆ ਸੀ। ਤੁਸੀਂ ਭੁੱਲਦੇ ਹੋ, ਗੁਰੂ ਕੇ ਸਿੱਖੋ, ਅਸੀਂ ਭੁੱਲਦੇ ਹਾਂ ਰੱਬ ਕਿਤੇ ਗਿਆ ਹੈ, ਰੱਬ ਕਿਤੇ ਨਹੀਂ ਗਿਆ। ਦੁਕਾਲੰਗ ਪ੍ਰਣਾ ਸੀ, ਅੱਗੇ ਕੀ ਹੈ, 24 ਘੰਟੇ ਅੰਗ ਸੰਗ ਸਿੱਖਦੇ ਹੋ। ਪਿਆਰ ਕਰਕੇ ਵੇਖੋ, ਦੁਨੀਆ ਦਾ ਮੋਹ ਛੱਡ ਕੇ ਵੇਖੋ। ਸਾਕਤ ਸਿਉ ਮੁੱਖ ਜੋੜੀਏ, ਅੱਧ ਪੀਚੋਂ ਟੁੱਟੇ, ਹਰ ਜਨ ਕੀ ਸੇਵਾ ਜੋ ਕਰੇ, ਇੱਤ ਉੱਤੇ ਛੁੱਟੇ। ਇੱਥੇ ਵੀ ਸੁਰਖਰੂ, ਅੱਗੇ ਵੀ ਸੁਰਖਰੂ। ਅੱਜ ਵਾਲਾ ਬਚਨ ਜਿਹੜਾ ਮੈਂ ਆਪ ਜੀ ਨਾਲ ਵਿਚਾਰਨਾ, ਪ੍ਰੇਮ ਦੀ ਪਰਿਭਾਸ਼ਾ ਦੇ ਬਚਨ ਸੀ ਜਿਹੜੇ ਆਪ ਜੀ ਨਾਲ ਵਿਚਾਰੇ। ਅੱਜ ਮੇਰਾ ਪਤਾ ਨਹੀਂ ਕਿਉਂ ਮਨ ਵਿੱਚ ਆਉਂਦਾ ਸੀ, ਸੁਮੇਰ ਪਰਬਤ 'ਤੇ ਜਦੋਂ ਮੇਰਾ ਬਾਬਾ ਗਿਆ ਹੈ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਉੱਥੇ ਮੇਰੇ ਬਾਬੇ ਨੇ ਕੁਝ ਬਚਨ ਸੁਣਾਏ ਸਿੱਧਾਂ ਨੂੰ, ਯੋਗੀਆਂ ਨੂੰ, ਛੋਟਿਆਂ ਮੋਟਿਆਂ ਨੂੰ ਨਹੀਂ, ਬੜੇ ਬੜੇ ਜਿਹੜੇ ਦਸਮ ਦੁਆਰ ਤੱਕ ਸੁਰਤਾਂ ਪਹੁੰਚੀਆਂ ਵਾਲੇ ਸਾਧੂ ਸੀ, ਉਹਨਾਂ ਦੇ ਸਾਹਮਣੇ ਬਹਿ ਗਿਆ। ਉਮਰ ਛੋਟੀ ਸੀ ਬਾਬੇ ਦੀ, ਉਹਨਾਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਸੀ, ਜਟਾਵਾਂ ਪਰਵੱਟੇ ਥੱਲੇ ਮਿਲੇ,
ਜਦੋਂ ਬਾਬੇ ਨੇ ਬਚਨ ਸੁਣਾਏ, ਆਖੋ ਵਾਹਿਗੁਰੂ, ਮੇਰੇ ਬਾਬੇ ਨੇ ਉਹਨਾਂ ਨੂੰ ਗੁਰਮਤਿ ਦੇ ਬਚਨ ਸੁਣਾਏ, ਇਹੋ ਜਿਹੇ ਤੀਰ ਮਾਰੇ, ਉਹਨਾਂ ਨੇ ਕਿਹਾ ਹੋਏ ਹੋਏ ਹੋਏ, ਕਿਤੇ ਇਹ ਮੁੰਡਾ ਸਾਡਾ ਯੋਗ ਮਤ ਧਾਰਨ ਕਰ ਲੈ ਨਾ। ਹਰ ਬੰਦੇ ਦੀ ਇਹ ਚਾਹਤ ਹੁੰਦੀ ਵੀ ਇਹ ਬੰਦਾ ਸਾਡੇ ਨਾਲ ਰਲ ਜਾਏ। ਆਖੋ ਵਾਹਿਗੁਰੂ ਕੀ ਤੁਹਾਡੇ 'ਤੇ ਵੀ ਬੜੇ ਸ਼ਿਕਾਰੀ ਬੈਠੇ ਨੇ, ਅੰਮ੍ਰਿਤ ਪਹਿਲੋਂ ਵੀ ਤੁਸੀਂ ਛਕਿਆ ਹੈ ਮਗਰ ਤੁਹਾਡੇ ਕੰਨਾਂ 'ਚ ਆਵਾਜ਼ ਪੈਂਦੀ ਹੈ ਇੱਥੋਂ ਛਕ ਲਓ ਇੱਥੋਂ ਛਕ ਲਓ, ਨਾਨਕ ਅੰਮ੍ਰਿਤ ਏਕ ਹੈ। ਬੋਲੋ ਅੱਗੇ, ਪਤਾ ਨਹੀਂ ਉਹ ਕੌਣ ਸ਼ਿਕਾਰੀ ਨੇ ਜਿਹੜੇ ਤੁਹਾਡੇ ਪਿੱਛੇ ਲੱਗੇ ਆ, ਇੱਥੇ ਆ ਜਾਓ ਇੱਥੇ ਆ ਜਾਓ ਸਾਡੇ ਕੋਲੋਂ ਅੰਮ੍ਰਿਤ ਛਕੋ। ਫਿਰ ਅਸੀਂ ਗਿਆਨ ਪੁਣੇ 'ਚ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਅਸਮਾਨ ਤੋਂ ਨਹੀਂ ਲਿਆਂਦਾ ਅੰਮ੍ਰਿਤ, ਅੰਮ੍ਰਿਤ ਤਾਂ ਪੰਜ ਬਾਣੀਆਂ ਦਾ ਮੈਂ ਪਹਿਲਾਂ ਤੋਂ ਛਕਿਆ ਆਲਰੇਡੀ, ਦੂਸਰਾ ਨਵਾਂ ਅੰਮ੍ਰਿਤ ਕਿਹੜਾ ਹੈ। ਇਸ ਤਰ੍ਹਾਂ ਹੀ ਉਦੋਂ ਵੀ ਸਮਾਂ ਕਰਦੇ ਸੀ, ਆਖੋ ਵਾਹਿਗੁਰੂ ਗੱਜ ਕੇ ਬੋਲੋ ਨਾ। ਉਦੋਂ ਸਿੱਧਾ ਨੇ ਸੋਚਿਆ ਵੀ ਇਹ ਛੋਟਾ ਜਿਹਾ ਭਚੰਗੀ ਆ, ਇੰਨੀਆਂ ਕਰਾਮਾਤੀ ਗੱਲਾਂ ਕਰਦਾ ਹੈ, ਮੇਰਾ ਬਾਬਾ ਸੀ। ਇੱਕ ਵਾਰ ਗਾਂਹ ਚੌਂਕੜਾ ਮਾਰ ਕੇ ਇੱਥੇ ਹੱਥ ਰੱਖ ਕੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਭਇਆ ਆਨੰਦ ਜਗਤ ਵਿੱਚ, ਭਇਆ ਆਨੰਦ ਜਗਤ ਵਿੱਚ, ਭਇਆ ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਉਹ ਜਦੋਂ ਜੋਗੀ ਐਡੇ ਐਡੇ ਤੇ ਉਹਨਾਂ ਨੇ ਮਨ 'ਚ ਵਿਚਾਰਿਆ ਵੀ ਇਹਨੂੰ ਭਚੰਗੀ ਨੂੰ ਆਪਣੇ ਜਾਲ 'ਚ ਫਸਾਉਣਾ ਚਾਹੀਦਾ। ਸਿੱਧੀ ਸ਼ਬਦ ਦੀ ਅਰਮਤਾ ਸਿੱਧੀ, ਸਿੱਧੀ ਨਹੀਂ ਸਿੱਧੀ, ਬਹੁਤਿਆਂ ਸਿੱਧਾਂ ਨੇ ਮਨੇ ਵਿਚਾਰਿਆ, ਉੱਤੇ ਵੇਖੋ ਆ ਗਿਆ ਸਿੱਧੀ। ਕਿਵ ਦਰਸ਼ਨ ਇਹ ਲੇਵੈ ਬਾਲਾ, ਕਿਸ ਤਰ੍ਹਾਂ ਇਹ ਬੱਚਾ ਦਰਸ਼ਨ ਦੇਵੇ ਨਹੀਂ ਲੇਵੈ। ਹੁਣ ਦਰਸ਼ਨ ਦੇ ਅਰਥ ਕਰਨ ਲੱਗਾ ਜੇ ਚੰਗੀ ਤਰ੍ਹਾਂ ਆਪਣੀ ਸੁੱਧ ਦੇ ਕਾਗਜ਼ 'ਤੇ ਕੀ ਕਰਾਂਗੇ ਵੀ ਦਰਸ਼ਨ ਦੇ ਅਰਥ। ਗੁਰਮੰਤਰ, ਗੁਰਮੰਤਰ, ਗੁਰਮੰਤਰ ਇਹਨੂੰ ਦਰਸ਼ਨ ਕਹਿੰਦੇ। ਕਰ ਕਾਸਾ ਦਰਸ਼ਨ ਕੀ ਭੂਖ, ਅਤੇ ਕਾਸੇ ਦੇ ਵਿੱਚ ਦਰਸ਼ਨ ਉਹ ਨਹੀਂ ਹੁੰਦੇ ਜਿਹੜੇ ਵੇਖੀਦੇ ਆ, ਕਾਸੇ ਦੇ ਵਿੱਚ ਕੁਝ ਪਵਾਈਦਾ ਹੈ, ਪਤਾ ਲੱਗਿਆ। ਇਸ ਸੁਰਤ ਰੂਪੀ ਝੋਲੀ ਦੇ ਵਿੱਚ ਗੁਰਮੰਤਰ ਇਹ ਸਾਡਾ ਕਿਤਨਾ ਪਾ ਲੈ, ਇਹ ਵਿਚਾਰ ਕੀਤੀ ਕਿਹਨਾਂ ਨੇ? ਸਿੱਧਾਂ ਨੇ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ। ਇਹੋ ਜਿਹਾ ਬੱਚਾ ਭਚੰਗੀ ਹੋਣਹਾਰ ਸਾਡਾ ਬਣ ਜਗ ਤੇ ਚੇਲਾ, ਹਮਰੇ ਪੰਥ ਕਰੇ ਸਾਡੇ ਪੰਥ ਦੀ ਜੈ ਜੈਕਾਰ। ਸਿੱਧੀ ਜੀ ਗੱਲ ਆ, ਸਮਝ ਲਏ ਕਿ ਨਹੀਂ? ਜੇ ਕਿਤੇ ਸਾਡਾ ਪ੍ਰਚਾਰ ਇਹ ਕਰੇ ਤੇ ਦੁਨੀਆਂ ਦੇ ਵਿੱਚ ਯੋਗ ਮਤ ਦੀ ਬੋਲੋ, ਤੁਸੀਂ ਬੋਲੋ ਜੀ, ਜੈ ਜੈਕਾਰ ਕਰਾ ਦੇ। ਇਹੋ ਜਿਹਾ ਪ੍ਰਚਾਰਕ ਕਿਤੇ ਸਾਡੇ 'ਚ ਆ ਜੇ। ਆਹ ਬੜੇ ਬੜੇ ਚੰਗੇ ਪ੍ਰਚਾਰਕਾਂ ਦੇ ਪੰਥਾਂ ਦੇ ਪੰਥ ਖਰੀਦ ਲੈਂਦੇ, ਸਾਡੇ ਖਰੀਦੇ, ਰਾਧਾ ਸਵਾਮੀਆਂ ਨੇ ਖਰੀਦੇ, ਉਹ ਭਾਸ਼ਾ ਬੋਲਦੇ ਮੰਜੀ ਸਾਹਿਬ ਤੋਂ। ਆਖੋ ਵਾਹਿਗੁਰੂ।
ਦੇਹਧਾਰੀ ਗੁਰੂ ਦੀ ਜ਼ਰੂਰਤ ਆ। ਇਹ ਖਰੀਦੀ ਹੋਈ ਜ਼ਬਾਨ ਬੋਲਦੀ ਆ, ਸ਼ਬਦ ਗੁਰੂ ਦੇ ਹੁੰਦਿਆਂ ਦੇਹਧਾਰੀ ਗੁਰੂ ਦੀ ਕੋਈ ਜ਼ਰੂਰਤ ਨਹੀਂ। ਮੰਨਦੇ ਹੋ ਜੀ? ਸ਼ਬਦ ਗੁਰੂ ਦੇ ਹੁੰਦਿਆਂ ਨਾ ਹੈ ਹੀ ਸ਼ਬਦ ਗੁਰੂ, ਜਿਹਨੂੰ ਮੇਰਾ ਗੁਰੂ ਕਹਿ ਰਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਗਰ ਮੰਜੀ ਸਾਹਿਬ ਦੀ ਸਟੇਜ ਤੋਂ ਕੋਈ ਬਹਿ ਕੇ ਕਹਿੰਦਾ ਹੈ ਦੇਹਧਾਰੀ ਗੁਰੂ ਦੀ, ਜਦੋਂ ਸਿਰਸੇ ਵਾਲੇ ਦਾ ਰੌਲਾ ਪਿਆ ਸੀ ਅਤੇ ਅਗਲਿਆਂ ਨੇ ਉਹਦੇ ਕੋਲੋਂ ਘਵਾਇਆ ਐਵੇਂ ਰੌਲਾ ਨਾ ਪਾਓ, ਦੇਹਧਾਰੀ ਗੁਰੂ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਜ਼ਬਾਨਾਂ ਖਰੀਦੀਆਂ ਜਾਂਦੀਆਂ ਜ਼ਬਾਨਾਂ, ਅਤੇ ਉਹ ਫਿਰ ਖਰੀਦਿਆਂ ਵਾਂਗੂ ਬੋਲਦੇ। ਉਹਨੇ ਆਖਿਆ ਇਹੋ ਜਿਹਾ ਕਿਤੇ ਬੱਚਾ ਸਾਡੇ ਕਾਬੂ ਆ ਜਾਏ, ਸਾਡਾ ਕੰਨ ਪੜਵਾ ਕੇ ਜੋਗੀ ਬਣ ਜਾਏ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਅਤੇ ਫਿਰ ਉਹਨਾਂ ਨੇ ਆਖਿਆ ਵੀ ਇਹਨੂੰ ਕਾਬੂ ਕਿਤਨਾ ਕਰੀਏ, ਸਮਝ ਰਹੇ ਹੋ, ਇਹਨੂੰ ਆਪਣੇ ਵੱਸ ਕਿਤਨਾ ਕਰੀਏ, ਚੇਲਾ ਕਿਤਨਾ ਬਣਾਈਏ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਇੱਕ ਖੱਪਰ ਦਿੱਤਾ, ਜਾ ਬੇਟਾ ਇੱਥੇ ਲਾਗੇ ਝੀਲ ਆ, ਉੱਥੋਂ ਪਾਣੀ ਭਰ ਕੇ, ਸੁਣ ਰਹੇ ਹੋ ਨਾ ਟੇਕੇ, ਉਹ ਝੀਲ ਦੇ ਵਿੱਚੋਂ ਪਾਣੀ ਲਿਆ ਕੇ ਅਤੇ ਸਾਨੂੰ ਪਿਆ, ਮੈਨੂੰ ਪਿਆਸ ਲੱਗੀ। ਅੱਖ ਵਾਹਿਗੁਰੂ ਨਾਥ ਨੇ, ਗੋਰਖ ਨਾਥ ਨੇ, ਨਾਥ ਨੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਅਤੇ ਬਾਬੇ ਨੇ ਨਾਂ ਨਹੀਂ ਕੀਤੀ, ਪਾਣੀ ਪਿਆਉਣਾ ਤਾਂ ਬੜਾ ਵੱਡਾ ਪੁੰਨ ਆ। ਨਾਨਕ ਪਿਓ ਸਾਹਿਬ ਗੁਰਦੁਆਰਾ ਦਿੱਲੀ ਦੇ ਵਿੱਚ, ਤੁਸੀਂ ਤੁਹਾਡੇ 'ਚੋਂ ਗਿਆ ਹੈ ਨਾ ਨਾਨਕ ਪਿਓ ਸਾਹਿਬ ਗੁਰਦੁਆਰਾ, ਉੱਥੇ ਸਤਿਗੁਰੂ ਨੇ ਇੱਕ ਮਹੀਨਾ ਖੂਹ 'ਤੇ ਪਾਣੀ ਪਿਆਇਆ ਬਹਿ ਕੇ ਸੰਗਤਾਂ ਨੂੰ, GT ਰੋਡ ਹੁੰਦੀ ਸੀ ਉੱਥੇ। ਆਖੋ ਵਾਹਿਗੁਰੂ। ਅਤੇ ਬਾਬੇ ਆਖਿਆ ਪਾਣੀ ਪਿਆਉਣਾ ਤਾਂ ਬੜਾ ਵੱਡਾ ਪੁੰਨ ਆ, ਕੋਈ ਗੱਲ ਨਹੀਂ, ਕਿੱਥੋਂ ਲਿਆਵਾਂ ਪਾਣੀ, ਇੱਥੇ ਲਾਗੇ ਝੀਲ ਆ, ਉੱਥੇ ਚਲਿਆ ਜਾ। ਆ ਵੇਖੋ ਬਾਬਾ ਆਇਆ ਪਾਣੀ ਹੈ, ਬੋਲੋ ਹਾਂ, ਮਤਲਬ ਬਾਬਾ ਪਾਣੀ ਲੈਣ ਆਇਆ ਝੀਲ 'ਤੇ। ਅਤੇ ਅੱਗੇ ਉਹਨਾਂ ਨੇ ਰਿਧੀਆਂ ਸਿੱਧੀਆਂ ਦੇ ਨਾਲ, ਰਿਧੀਆਂ ਸਿੱਧੀਆਂ ਨਾਲ ਪਾਣੀ ਸੁਕਾ ਤਾ, ਅਤੇ ਹੀਰੇ ਰਤਨ ਜਵਾਹਰ ਉੱਥੇ ਐਂ ਲਿਸ਼ਕਣ ਚਮਕਣ। ਇੱਕ ਗੱਲ ਨੋਟ ਕਰਿਓ, ਹਾਜ਼ਰ ਹੋ ਇਸ ਤਰ੍ਹਾਂ ਬੈਠੋ, ਗੁਰੂ ਕੇ ਸਿੱਖੋ, ਵਾਰ ਵਾਰ ਮੈਂ ਕਹਿੰਦਾ, ਕੱਲ੍ਹ ਨੂੰ ਤਾਂ ਇੰਨਿਆਂ ਤੋਂ ਸਾਂ ਡਿਊਟੀਆਂ 'ਤੇ ਹੋਣਾ ਨਹੀਂ ਹੋਣਾ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਪਾਣੀ ਵੀ ਉਹ ਕੇਲਿਆ ਜਾਂਦਾ ਹੈ ਜਿਹੜਾ ਬੰਦ ਆ, ਤੁਰਦੇ ਪਾਣੀ 'ਤੇ ਮੰਤਰ ਨਹੀਂ ਚੱਲਦਾ, ਨਹੀਂ ਪਤਾ ਲੱਗਦਾ, ਜਿਹੜਾ ਪਾਣੀ ਵਹਿ ਰਿਹਾ ਉੱਥੇ ਖੂਹ ਕੀਲਿਆ ਜਾ ਸਕਦਾ ਹੈ, ਝੀਲ ਕੀਲੀ ਜਾ ਸਕਦੀ ਆ, ਛੱਪੜ ਕੀਲੇ ਜਾ ਸਕਦੇ, ਮਗਰ ਤੁਰਦੀ ਨਦੀ। ਇਹ ਜੰਤਰ ਮੰਤਰ ਤੰਤਰ ਵੀ ਉਸ ਸਿੱਖ 'ਤੇ ਚੱਲਦੇ ਨੇ ਜਿਹੜੇ ਸਿੱਖ ਦਾ ਨਿਤਨੇਮ ਰੁਕ ਗਿਆ ਹੈ, ਪਤਾ ਲੱਗ ਗਿਆ ਜੀ, ਜਿਹੜੇ ਸਿੱਖ ਦਾ ਇਹ ਜੰਤਰ ਮੰਤਰ ਤੰਤਰ ਜਿਹਦੀ ਸੁਰਤ ਸ਼ਬਦ ਨੂੰ ਤੁਰ ਰਹੀ, ਜਿਹਦੀ ਨਦੀ ਸਮੁੰਦਰ ਵੱਲ ਨੂੰ ਜਾ ਰਹੀ ਆ, ਉੱਤੇ ਕੋਈ ਤੰਤਰ ਮੰਤਰ ਨਹੀਂ ਚੱਲਦਾ। ਨੋਟ ਕਰ ਲਿਆ? ਉਹਨਾਂ ਨੇ ਜਾ ਕੇ ਉਹ ਝੀਲ ਭਰਤੀ ਰਤਨਾ ਜਵਾਹਰਾਂ ਨਾਲ, ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇ ਹਰ। ਅਤੇ ਬਾਬਾ ਮੁੜ ਆਇਆ, ਬਾਬਾ ਮੁੜ ਆਇਆ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ, ਕਿਹੜਾ ਝੱਲੇ ਗੁਰੂ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲੇ ਗੁਰੂ ਦੀ ਚਾਲਾ, ਚੱਲੇ ਗੁਰੂ ਦੀ ਚਾਲਾ।
ਕਿਹੜਾ ਚਾਲ ਚੱਲ ਸਕਦਾ ਸੀ ਉਹਦੀ, ਮੱਥੇ ਲੱਗਦਾ ਹਰ ਬੰਦਾ ਫਿੱਕਾ ਪੈ ਜਾਂਦਾ ਸੀ। ਜੇ ਕੋਈ ਦੀਵਾ ਜਗਿਆ ਹੋਵੇ, ਸੂਰਜ ਚੜ੍ਹਦਾ ਹੈ ਅਤੇ ਦੀਵੇ ਦੀ ਕੀ ਔਕਾਤ ਰਹਿੰਦੀ। ਇਸ ਤਰ੍ਹਾਂ ਹੀ ਸੀ ਸਿੱਧ, ਜਦੋਂ ਮੇਰੇ ਸਾਹਮਣੇ ਬਾਪੂ ਦੇ ਆਏ ਅਤੇ ਉਹਦੀ ਝਾਲ ਨਾ ਝੱਲੀ ਗਈ ਬਾਪੂ ਦੀ, ਅੱਖ ਵਾਹਿਗੁਰੂ, ਮੇਰਾ ਗੁਰੂ ਉੱਥੋਂ ਝੀਲ ਤੋਂ ਮੁੜ ਆਇਆ। ਆਹ ਬੜੇ ਪਿਆਰੇ ਸ਼ਬਦ ਹੁਣ ਟੇਕ ਕੇ ਸੁਣਨ ਵਾਲੇ, ਮੇਰਾ ਗੁਰੂ ਝੀਲ ਤੋਂ ਫਿਰ ਆਇਆ ਗੁਰਨਾਥ ਜੀ, ਪਾਣੀ ਠੋਰ ਨਹੀਂ ਉਸ ਤਾਲਾ। ਕੀ ਕਿਹਾ ਭਲਾ ਦੱਸੋ, ਪਾਣੀ ਤਲਾਅ ਚ ਹੈ ਨਹੀਂ। ਅਤੇ ਜੋਗੀ ਨੇ ਪੁੱਛਿਆ, ਇੱਥੋਂ ਹੁਣ ਵੱਡੀ ਕੁੰਡੀ ਜਿਹੜੀ ਪਾਈ, ਵੱਡਾ ਪੇਪਰ ਬਾਬੇ ਦੇ ਪਾਇਆ, ਬਾਬੀ ਨੇ ਪੁੱਛਿਆ, ਜੋਗੀ ਨੇ ਪੁੱਛਿਆ, ਬੇਟਾ ਬਾਲਾ ਕਹਿੰਦੇ ਸੀ ਛੋਟਾ ਕਰਕੇ, ਬਾਲਾ ਜੇ ਉੱਥੇ ਪਾਣੀ ਨਹੀਂ ਤਾਂ ਕੀ ਵੇਖਿਆ ਹੀ। ਕਹਿੰਦਾ ਮੈਂ, ਬਾਬਾ ਕਹਿੰਦਾ ਮੈਂ ਲੈਣ ਗਿਆ ਸਾ ਪਾਣੀ, ਪਾਣੀ ਹੈ ਨਹੀਂ ਸੀ, ਮੈਂ ਨਹੀਂ ਵੇਖਿਆ ਉੱਥੇ ਕੀ ਆ। ਹਾਏ ਹਾਏ ਹਾਏ, ਐਡੀ ਸੁਰਤ ਉੱਚੀ, ਹੀਰੇ ਵੇਖੇ ਹੀ ਨਹੀਂ, ਜਵਾਹਰਾਤ ਵੇਖੇ ਹੀ ਨਹੀਂ, ਅੱਖ ਵਾਹਿਗੁਰੂ। ਇੱਥੇ ਇੱਕ ਸਾਧ ਸੀ ਬਣਿਆ ਆਪਣੇ ਆਪ 'ਚ ਥਾਈਲੈਂਡ 'ਚ, ਅੱਖ ਵਾਹਿਗੁਰੂ। ਉਹ ਜਿਹੜੇ ਜਿਹੜੇ ਉਹਦੇ ਕੋਲ ਪ੍ਰਚਾਰਕ ਜਾਂਦੇ ਸੀ, ਉਹਨੂੰ ਸੋਨੇ ਦੀਆਂ ਮੋਹਰਾਂ ਦਿੰਦਾ ਸੀ, ਅਤੇ ਸਾਰੇ ਹੀ ਗਏ, ਅੱਖ ਵਾਹਿਗੁਰੂ। ਔਨ ਰਿਕਾਰਡ ਵੀਡੀਓ ਹੈਗੀਆਂ, ਸਾਰੇ ਹੀ ਪ੍ਰਚਾਰਕ ਗਏ ਅਤੇ ਸਾਰੇ ਸਿੰਘ ਸਾਹਿਬ ਗਏ ਉੱਥੇ, ਉੱਥੇ ਜੀ ਝੂਰੀ ਕਰਕੇ ਆਏ। ਉਹ ਚੁੱਕ ਕੇ ਇਤਨਾ ਬੁੱਕ ਭਰ ਭਰ ਕੇ ਸੋਨੇ ਦੀਆਂ ਮੋਹਰਾਂ ਦੇ, ਅਤੇ ਇਹਨਾਂ ਦੀ ਝੋਲੀ 'ਚ ਪਾਉਂਦਾ, ਅਤੇ ਸਾਰੇ ਖੁਸ਼ ਹੋ ਕੇ ਆਏ। ਇਹਨਾਂ ਨੇ ਨਹੀਂ ਆਖਿਆ ਵੀ ਅਸੀਂ ਜਿਹੜੇ ਕੰਮ ਆਏ ਸਾਂ ਉਪਦੇਸ਼ ਦੇਣ, ਉਹ ਦੇਣਾ ਹੈ, ਅਸੀਂ ਤਾਂ ਵੇਖਦੇ ਹੀ ਨਹੀਂ ਮੋਹਰਾਂ ਵੱਲ। ਮਗਰ ਇੰਨੀ ਸੁਰਤ ਤਾਂ ਗਈ ਹੁੰਦੀ ਤਾਂ ਫੇਰ ਸੀ ਨਾ, ਅੱਖ ਵਾਹਿਗੁਰੂ। ਬਾਬੇ ਨੇ ਆਖਿਆ ਮੈਂ ਨਹੀਂ ਵੇਖਿਆ, ਪਤਾ ਲੱਗ ਗਿਆ ਜੀ, ਮੈਂ ਨਹੀਂ ਵੇਖਿਆ ਵੀ ਉੱਥੇ ਪਾਣੀ ਤੋਂ ਇਲਾਵਾ। ਇਹਨਾਂ ਦੇ ਦਿਲ 'ਚ ਸੀ ਵੀ ਇਹ ਬੱਚਾ ਉੱਥੇ ਜਾ ਕੇ ਜਦੋਂ ਵੇਖੂਗਾ ਪਾਣੀ ਹੈ ਨਹੀਂ, ਅਤੇ ਦੋ ਚਾਰ ਪੰਜ ਹੀਰੇ ਜੇਬ 'ਚ, ਨੇਂਗ 'ਚ, ਜਿੱਥੇ ਲਕਾ ਲੈ ਉੱਥੇ ਲਕਾ ਲੈ, ਅਤੇ ਥੱਲੇ ਨੂੰ ਲੜ ਜੂ, ਇੱਧਰ ਕੀ ਲੈਣ ਆਉਣਾ, ਵੇਖ ਲਾਂਗੇ ਵੀ ਫੇਲ ਹੋ ਗਿਆ, ਹੀਰਿਆਂ 'ਤੇ ਇਹਦਾ ਮਨ ਫੇਲ ਹੋ ਗਿਆ। ਪਰ ਜਦੋਂ ਉਹਨੇ ਆਖਿਆ ਮੈਂ ਤਾਂ ਵੇਖਿਆ ਹੀ ਨਹੀਂ ਉੱਥੇ ਕੀ ਆ, ਫਿਰ ਆਇਆ ਗੁਰਨਾਥ ਜੀ, ਪਾਣੀ ਠੋਰ ਨਹੀਂ ਉਸ। ਫਿਰ ਉਹਨਾਂ ਨੇ ਆਖਿਆ ਹੁਣ ਹੋਰ ਤਾਂ ਕੋਈ ਚਾਰਾ ਨਹੀਂ, ਇਹਦੇ ਨਾਲ ਸ਼ਬਦਾਂ ਦੀ ਜੰਗ ਲੜੀਏ। ਕਿਹਨਾਂ ਨੇ? ਸਿੱਧਾਂ ਨੇ, ਯੋਗੀਆਂ ਨੇ। ਅਤੇ ਫਿਰ ਸ਼ਬਦਾਂ ਦੀ ਜੰਗ ਹੋਈ, ਅਤੇ ਬਾਬੇ ਨੇ ਸ਼ਬਦ ਜਿੱਤੀ। ਐਸੇ ਸ਼ਬਦ ਪੜ੍ਹੇ ਮੇਰੇ ਬਾਬੇ ਨੇ, ਸਾਰੇ ਸਿੱਧ ਮੰਡਲੀ ਬਾਬੇ ਦੇ ਪੈਰਾਂ 'ਤੇ ਡਿੱਗ ਪਈ, ਜਿੱਤ ਲਈ। ਸ਼ਬਦ ਜਿੱਤੀ ਸਿੱਧ ਮੰਡਲੀ, ਉਹ ਤਾਂ ਕਹਿੰਦੇ ਨਾ ਮੇਰੇ 'ਚ ਰਲ ਜੇ, ਇੱਥੇ ਕੀਤੋ ਸੋ ਆਪਣਾ ਪੰਥ ਨਿਰਾਲਾ, ਕੀਤੋ ਸੋ ਆਪਣਾ ਪੰਥ ਨਿਰਾਲਾ, ਕੀਤੋ ਆਪਣੇ ਪੰਥ ਦੀ ਜੈ ਜੈਕਾਰ ਕਰਾਈ ਬਾਬੇ ਨਾਨਕ ਨੇ। ਅਤੇ ਫਿਰ ਉੱਥੇ ਸਾਰਿਆਂ ਸਿੱਧਾਂ ਨੇ ਬੋਲਿਆ ਵੀ ਨਹੀਂ ਨਹੀਂ ਸਾਡੀ ਨਹੀਂ ਹੁਣ ਚੱਲਣੀ, ਕਲਯੁਗ ਨਾਨਕ ਨਾਮ ਸੁਖਾਲਾ, 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 ਕਲਯੁਗ
ਸਮਝ ਲੱਗ ਗਈ ਵੀ ਸਾਰਿਆਂ ਨੂੰ ਬਾਬੇ ਨੇ ਇਸ ਤਰ੍ਹਾਂ ਦੇ ਤੀਰ ਮਾਰੇ ਉਹਨਾਂ ਦੇ ਮੰਤਰ ਦੀ ਜਗ੍ਹਾ 'ਤੇ ਆਖਿਆ ਵੀ ਕਲਯੁੱਗ ਜਿਹੜਾ ਹੈ ਨਾ ਨਾਨਕ ਜਿਹੜਾ ਨਾਮ ਲੈ ਕੇ ਆਇਆ ਕਿਹੜਾ ਵਾਹਿਗੁਰੂ ਇਹ ਹੀ ਦੁਨੀਆਂ ਨੂੰ ਸੁਖੀ ਕਲਯੁੱਗ ਨਾਨਕ ਨਾਮ ਜਿਹਨੇ ਸੁਖੀ ਹੋਣਾ ਉਹ ਜਪੂ ਵਾਹਿਗੁਰੂ 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 ਸਮਾਂ ਤਾਂ ਗਿਆ ਆਪਣਾ ਹੋ ਜੇ ਤੁਸੀਂ ਕਹੋ ਤਾਂ ਇੱਕ ਪੌੜੀ ਹੋਰ ਵਿਚਾਰਾਂ ਥੱਕੇ ਤਾਂ ਨਹੀਂ ਉੱਤੇ ਵੇਖਿਓ ਹੁਣ ਇਹ ਬੜੀ ਇੱਕ ਫੋਟੋ ਕਲਯੁੱਗ ਦੀ ਅਤੇ ਹੁਣ ਵੀ ਕੀ ਚੱਲ ਰਿਹਾ ਕਲਯੁੱਗ ਹੀ ਚੱਲ ਰਿਹਾ ਨਾ ਬਾਬੇ ਨੇ ਫੋਟੋ ਵਿਖਾਈ ਕੱਲ੍ਹ ਆਈ ਆ ਗਿਆ ਆ ਜਾਂਦਾ ਹੁਣੇ ਆ ਜਾਂਦਾ ਕੱਲ੍ਹ ਆਈ ਕਲਯੁੱਗ ਦੇ ਮਤਲਬ ਕਲਯੁੱਗ ਆ ਗਿਆ ਅਤੇ ਲੋਕਾਂ ਦਾ ਮੂੰਹ ਕਿਸ ਤਰ੍ਹਾਂ ਦਾ ਹੋ ਗਿਆ ਮੈਂ ਨਹੀਂ ਜੇ ਕਹਿੰਦਾ ਉੱਤੇ ਬਾਣੀ 'ਚੋਂ ਪੜ੍ਹ ਲਿਓ ਆ ਗਿਆ ਜੀ ਆ ਜਾਂਦਾ ਹੁਣੇ ਕੱਲ੍ਹ ਆਈ ਅੱਗੇ ਕੀ ਹੈ ਕੁੱਤੇ ਮੂੰਹੀ ਬਾਣੀ ਦੇ ਵਿੱਚ ਲਿਖਿਆ ਕਲਯੁੱਗ ਆਇਆ ਲੋਕਾਂ ਦਾ ਮੂੰਹ ਕੁੱਤਿਆਂ ਵਰਗਾ ਹੋ ਗਿਆ ਮੈਂ ਨਹੀਂ ਜੇ ਕਹਿੰਦਾ ਉਹ ਪੜ੍ਹੋ ਆ ਗਿਆ ਕਿ ਨਹੀਂ ਆ ਜਾਂਦਾ ਹੁਣੇ ਆ ਗਿਆ ਕੱਲ੍ਹ ਆਈ ਕੁੱਤੇ ਮੂੰਹੀ ਖਾਜ ਹੋਇਆ ਮਰਦਾਰ ਗੁਸਾਈ ਖਾਣਾ ਕੀ ਬਣ ਗਿਆ ਲੋਕਾਂ ਦਾ ਮੂੰਹ ਉੱਤੇ ਆ ਗਿਆ ਹੁਣ ਪੜ੍ਹ ਲਓ ਸਾਰੇ ਵੇਖ ਲਓ ਵੀ ਕਲਯੁੱਗ ਦੇ ਵਿੱਚ ਆਖਿਆ ਕੀ ਆ ਬਾਣੀ ਕਹਿੰਦੇ ਕੱਲ ਆਈ ਕੁੱਤੇ ਮੂਈ ਖਾਜ ਹੋਆ ਮੁਰਦੇ ਖਾਣਾ ਲੋਕਾਂ ਦਾ ਕੰਮ ਹੋ ਗਿਆ ਮੂੰਹ ਚੰਗਾ ਭਲਾ ਹੈ ਮੱਥੇ 'ਤੇ ਟਿੱਕਾ ਹੈ ਹੱਥ 'ਚ ਤਸਬੀਹ ਆ ਕਾਜੀ ਦੇ 'ਚ ਉਹਦੇ ਮੱਥੇ 'ਤੇ ਟਿੱਕਾ ਲੱਗਾ ਹੈ ਇਹਨੇ ਗਲ 'ਚ ਗਾਤਰਾ ਪਾਇਆ ਹੈ ਮਗਰ ਕਰਤੂਤ ਕੁੱਤੇ ਵਾਲੀ ਬਣ ਗਈ ਜੇ ਭਰਾ ਦਾ ਪਲਾਟ ਮਿਲ ਗਿਆ ਤਾਂ ਉਹ ਖਾ ਗਿਆ ਜੇ ਭੈਣ ਦਾ ਪਲਾਟ ਵੱਜ ਗਿਆ ਤਾਂ ਉਹਨੂੰ ਖਾ ਗਿਆ ਜੇ ਉਹਦੀ ਪ੍ਰੋਪਰਟੀ ਮਿਲੀ ਤਾਂ ਉਹਨੂੰ ਖਾ ਗਿਆ ਮੁਰਦਾਰ ਦਾ ਮਤਲਬ ਹੁੰਦਾ ਕਿਸੇ ਦਾ ਹੱਕ ਖਾਣਾ ਬੋਲੋ ਜਰਾ ਮੁਰਦਾਰ ਦਾ ਮਤਲਬ ਤਾਂ ਕੀ ਖਾਣ ਡਿਆ ਨੇ ਲੋਕ ਹੁਣ ਜੇ ਕਿਸੇ ਦੇ ਔਰਤ ਦੇ ਸਰੂਪ ਨੂੰ ਵੀ ਵੇਖਦਾ ਤਾਂ ਇਹਦਾ ਹੱਕ ਥੋੜ੍ਹਾ ਹੈ ਇਹਦਾ ਤਾਂ ਹੱਕ ਆਪਣੀ ਔਰਤ 'ਤੇ ਆ ਨਾ ਆਖੋ ਵਾਹਿਗੁਰੂ ਆਪਣੇ ਮਰਦ 'ਤੇ ਆਪਣੀ ਕਲਯੁੱਗ ਦੇ ਵਿੱਚ ਹਰ ਬੰਦੇ ਦਾ ਮੂੰਹ ਕੁੱਤੇ ਵਰਗਾ ਗੁਰਬਾਣੀ ਕਹਿੰਦੀ ਹੋ ਗਿਆ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰ ਉਹਦੇ ਚੰਗੀ ਤਰ੍ਹਾਂ ਦਿੱਲੀ ਦੇ ਤਖ਼ਤ 'ਤੇ ਬੈਠੇ ਨੂੰ ਖੇਨ ਰਾਜੇ ਪਾਪ ਕਮਾਵਦੇ ਉਲਟੀ ਵਾੜ ਜਿਹੜੀ ਪੁਲਿਸ ਹੁੰਦੀ ਹੈ ਨਾ ਇਹ ਇਨਸਾਨੀਅਤ ਦੇ ਦੁਆਲੇ ਇੱਕ ਵਾੜ ਆ ਜੇ ਕੋਈ ਫਸਲ ਨੂੰ ਕੋਈ ਖਾਵੇ ਨਾ ਬਾਹਰੋਂ ਡੰਗਰ ਨਾ ਪਵੇ ਅਤੇ ਜਦੋਂ ਵਾੜ ਹੀ ਖਾਣ ਲੱਗ ਪਈ ਅੱਖ ਵਾਹਿਗੁਰੂ ਉਲਟੀ ਖੇਤ ਕੋ ਖਾਈ ਇੱਧਰ ਲੋਕਾਂ ਦਾ ਧਿਆਨ ਖਿੱਚਦੇ ਆ ਭਾਈ ਗੁਰਦਾਸ ਜੀ ਕਹਿੰਦੇ ਪ੍ਰਜਾ ਅੰਧੀ ਗਿਆਨ ਬਿਨ ਐਡੀਆਂ ਐਡੀਆਂ ਮੋਟੀਆਂ ਅੱਖਾਂ ਨੇ ਗਿਆਨ ਨਹੀਂ ਨੇਤਰ ਐਡੇ ਐਡੇ ਮੋਟੇ ਨੇ ਆਖੋ ਵਾਹਿਗੁਰੂ ਮਗਰ ਰੱਬ ਦਾ ਕੋਈ ਗਿਆਨ ਨਹੀਂ ਹੈਗਾ ਪ੍ਰਜਾ ਅੰਧੀ ਗਿਆਨ ਬਿਨ ਕੂੜ ਕਸੱਤ ਮੁੱਖੋਂ ਅਲਾਈ ਝੂਠ ਹੀ ਬੋਲੀ ਜਾਂਦੇ ਸਾਡੇ ਬਾਬੇ ਨੇ ਆਹ ਕਰਤਾ ਸਾਡੇ ਬਾਬੇ ਨੇ ਆਹ ਕਰਤਾ ਸੱਚੀ ਮੁੱਚੀ ਲੋਕ ਕਹੀ ਜਾਂਦੇ ਆ ਦੇਹਧਾਰੀਆਂ ਦੇ ਚੇਲੇ ਆਖੀ ਜਾਂਦੇ ਨੇ ਇਹਨੂੰ ਕੋਹੜ ਪਿਆ ਸੀ ਸਾਡੇ ਬਾਬੇ ਹੱਥ ਲਾਇਆ ਅੱਖ ਵਾਹਿਗੁਰੂ ਅਤੇ ਉਹਦਾ ਉਹ ਠੀਕ ਅਗਲੇ ਦਿਨ ਹੀ ਉਹਨੂੰ ਕੈਂਸਰ ਹੋ ਗਿਆ ਉਹਨਾਂ ਦੇ ਗੁਰੂ ਨੂੰ ਅਤੇ ਉਹ ਹਰਿਮੰਦਰ ਸਾਹਿਬ ਦੇ ਮੱਥਾ ਟੇਕਣ ਵਾਲੀ ਲਾਈਨ 'ਚ ਖਲੋਤਾ ਅਤੇ ਕੈਮਰਿਆਂ ਵਾਲੇ ਨੇ ਕੈਦ ਕਰ ਲਿਆ ਅੱਖ ਵਾਹਿਗੁਰੂ
ਗੁਰੂ ਰਾਮਦਾਸ ਮਹਾਰਾਜ ਦੇ ਮੱਥਾ ਟੇਕਣ ਨੂੰ, ਤਰਲੇ ਪਾਉਣ ਨੂੰ, ਵੀ ਮਹਾਰਾਜ ਮੇਰਾ ਕੈਂਸਰ ਠੀਕ ਕਰਾਓ, ਜਿਹੜਾ ਕੱਲ੍ਹ ਤੱਕ ਲੋਕਾਂ ਦਾ ਕਹਿੰਦੇ ਉਹ ਠੀਕ ਕਰਾ ਤਾ, ਆਪਣਾ ਕੈਂਸਰ ਠੀਕ ਕਰਾਉਣ ਨੂੰ ਮੇਰੇ ਗੁਰੂ ਰਾਮਦਾਸ ਦੇ ਚਰਨਾਂ 'ਤੇ ਡਿੱਗਾ। ਅਤੇ ਪ੍ਰਜਾ ਕੀ ਕਹਿਣ ਡੀ, ਚੇਲੇ ਕੀ ਕਹਿਣ ਡਿਆ ਸਾਡਾ ਗੁਰੂ 'ਤੇ? ਹਾਂਜੀ, ਨਹੀਂ ਨਹੀਂ ਆਇਆ ਨਹੀਂ ਵੀ ਸਾਡਾ ਗੁਰੂ 'ਤੇ ਕੋਹ ਠੀਕ ਕਰ ਦਿੰਦਾ ਹੈ। ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ, ਇੱਥੇ ਚੇਲੇ ਸਾਜ ਵਜਾਈਂਦੇ। ਚੇਲੇ ਗੁਰੂ ਦੇ ਚੇਲੇ ਵੇਖਿਆ ਹੀ ਹੈ ਤੁਸੀਂ, ਵੇਖਿਆ ਹੀ ਹੈ ਸਭ ਕੁਛ, ਅੱਖ ਵਾਹਿਗੁਰੂ ਵੇਖਿਆ ਨਾ। ਚੇਲੇ ਸਾਜ ਵਜਾਈਂਦੇ, ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ। ਆਹ ਹਾਲਤ ਹੋ ਗਈ ਜੇ ਚੇਲੇ ਘਰਾਂ 'ਚ ਬੈਠੇ ਨੇ, ਚਾਹੀਦਾ ਸੀ ਨਾ ਚੇਲੇ ਨੂੰ, ਤੁਸੀਂ ਹੁਣ ਚੇਲੇ ਹੋ ਨਾ ਗੁਰੂ ਕੇ, ਸਿੱਖ ਹੋ ਅਤੇ ਇੱਥੇ ਮਿਲਣ ਆਏ ਹੋ ਕਿ ਤੁਹਾਡੇ ਘਰ ਗੁਰੂ ਗਿਆ, ਦਰਸ਼ਨ ਕਰਨ ਆਏ ਹੋ ਨਾ, ਅੱਖ ਵਾਹਿਗੁਰੂ। ਉਹ ਕਹਿੰਦੇ ਕਲਯੁਗ ਇਤਰਾ ਆ ਗਿਆ, ਚੇਲੇ ਸਾਜ ਵਜਾਈਂਦੇ, ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ। ਇਹ ਫੋਟੋ ਵੇਖੇ ਕਰੋ, ਤਾਂ ਹੀ ਤਾਂ ਕਹਿੰਦੇ ਬਾਣੀ ਪੜ੍ਹੋ, ਬਾਣੀ ਪੜ੍ਹੋ, ਇਹਦੇ ਵਿੱਚ ਬੜੇ ਖਜ਼ਾਨੇ ਛੁਪੇ ਨੇ। ਜਿਹੜਾ ਬਾਣੀ ਪੜ੍ਹੂਗਾ ਕਿਸੇ ਦੇਹਧਾਰੀ ਬਾਬੇ ਦੇ ਕਾਬੂ ਨਹੀਂ ਆਊ। ਬਾਣੀ ਨਹੀਂ ਪੜ੍ਹੀ ਪ੍ਰਜਾ ਅੰਧੀ ਗਿਆਨ ਬਿਨ, ਗਿਆਨ ਤੋਂ ਬਿਨਾਂ। ਗੁਰੂ ਉੱਠ, ਗੁਰ ਉੱਠ ਧਨਾੜੇ, ਘਰੀ ਧਨਾੜੇ ਜਾਈ। ਅੱਗੇ ਬੜੀ ਸੋਹਣੀ ਫੋਟੋ ਬਣਾਈ, ਕਾਜੀ ਹੋਏ। ਵੇਖ ਲਓ ਹੁਣ ਧਰਮ ਦੇ ਠੇਕੇਦਾਰ ਵਿਕਦੇ ਜੇ, ਤੁਹਾਡੇ ਵੀ ਵਿਕਦੇ ਜੇ, ਵਿਕੇ ਕਿ ਨਹੀਂ? ਪੰਥੀ ਵੇਚਤਾ, ਪੰਥੀ ਵੇਚਤਾ। ਹੁਕਮਨਾਮੇ ਉੱਥੇ ਜਾਰੀ ਕੀਤੇ ਜਿੱਥੇ ਨਹੀਂ ਸੀ ਕਰਨੇ, ਅਤੇ ਉੱਥੇ ਨਹੀਂ ਕੀਤੇ ਜਿੱਥੇ ਕਰਨੇ ਸੀ। ਉਹੋ ਹੀ ਕਾਜੀ ਬ੍ਰਾਹਮਣ ਮੁੱਲਾਂ ਸਾਡੇ ਬਾਬੇ ਸਿੰਘ ਸਾਹਿਬ ਕੀ ਕਰਦੇ? ਕਾਜੀ ਹੋਏ ਰਿਸ਼ਵਤੀ, ਰਿਸ਼ਵਤੀ। ਕਮਾਲ ਦੀ ਗੱਲ ਆ, ਜਿੰਨਾ ਰਾਹ ਵਿਖਾਉਣਾ ਸੀ ਉਹ ਹੀ ਅੰਨੇ ਹੋ ਗਏ। ਇਸ ਮਾਇਆ ਦੀ ਚਮਕ ਨੇ ਉਹਨਾਂ ਨੂੰ ਵੀ ਅੰਨਿਆਂ ਕਰਤਾ। ਆਹ ਵੇਖੋ ਕਿੱਡੇ ਸੋਹਣੇ ਬਚਨ ਲਿਖੇ ਨੇ ਕਲਯੁਗ ਦੇ ਵਿੱਚ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ, ਇਹ ਵੀ ਵੱਡੀ ਖਾ ਜਾਂਦੇ ਜੇ, ਕਾਜੀ ਵੀ, ਮੁੱਲਾਂ ਵੀ, ਪੰਡਿਤ ਵੀ, ਸਾਡੇ ਵੀ ਸਾਰੇ, ਵਾਰ ਵਾਰ ਨਹੀਂ ਕਹਿੰਦਾ ਆਖੋ ਵਾਹਿਗੁਰੂ, ਰੱਜ ਕੇ ਬੋਲੋ ਨਾ। ਜਿੱਦਣ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਆਰਡਰ ਦਿੱਤਾ, ਕਿਸੇ ਧਰਮ 'ਚ ਥੋੜ੍ਹਾ ਸੀ ਰਿਸ਼ਵਤ ਲੈ ਕੇ ਦਿੱਤਾ। ਜਿੱਦਣ ਬੰਦ ਬੰਦ ਭਾਈ ਮਨੀ ਸਿੰਘ ਦੇ ਕੱਟੇ ਆ, ਇਹ ਕੋਈ ਧਰਮ ਥੋੜ੍ਹਾ ਕਹਿੰਦਾ ਸੀ? ਕਾਜੀ ਨੇ ਤਾਂ ਆਰਡਰ ਦਿੱਤਾ ਕਿਉਂਕਿ ਪੈਸਾ ਖਾ ਲਿਆ ਸੀ। ਮੇਰੇ ਸਾਹਿਬ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ, ਹੱਕ ਦਾ ਮਤਲਬ ਹੁੰਦਾ ਸੱਚ, ਸੱਚ ਕਹਿਣ ਦਾ ਜਿਹੜਾ ਵਰਤਾਰਾ ਸੀ ਉਹ ਗਵਾਤਾ। ਇਸਤਰੀ ਪੁਰਖੇ ਦਾਮ ਹਿੱਤ, ਚੰਗੀ ਤਰ੍ਹਾਂ ਪੜ੍ਹਿਓ, ਇਸਤਰੀ ਇਹਦਾ ਅਰਥ ਕੀ ਕਰਾਂਗੇ ਦੱਸ? ਕਿੰਨੀ ਵਾਰ ਸੁਣਾਇਆ ਉੱਥੇ ਲੁਧਿਆਣੇ, ਇਸਤਰੀ ਅਤੇ ਪੁਰਖ ਨੂੰ ਹਿੱਤ ਬਣੇ ਪਿਆਰ, ਦਾਮ ਬਣੇ ਦਮੜਾ। ਹਾਜ਼ਰੋ ਦਾਮ ਬਣੇ, ਔਰਤ ਅਤੇ ਮਰਦ ਨੂੰ ਇੱਕੋ ਹੀ ਚੀਜ਼ ਨਾਲ ਪਿਆਰ ਰਹਿ ਗਿਆ, ਬੋਲਦੇ ਹੋ? ਬੰਦੇ ਨੂੰ ਵੀ ਅਤੇ ਇਸਤਰੀ ਨੂੰ ਵੀ, ਤੁਸੀਂ ਬਚੀਆਂ ਨਹੀਂ। ਸਾਰਿਆਂ ਨੂੰ ਕਿਹਾ ਗੁਰੂ ਨੇ, ਕਹਿੰਦੇ ਕਲਯੁਗ 'ਤੇ ਇਸ ਤਰ੍ਹਾਂ ਦਾ ਲੋਕਾਂ ਦਾ ਸੁਭਾਅ ਹੋ ਗਿਆ, ਪੈਸਾ 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 ਪੈਸਾ। ਸੱਚਮੁੱਚ ਗੁਰਦੁਆਰੇ ਕਿਤੇ ਮਹੀਨੇ ਬਾਅਦ ਭਾਵੇਂ ਆ ਜਾਣ, ਅਤੇ ਮਾਇਆ ਦੀ ਛੁੱਟੀ ਕਰਨ ਨਾ ਭਾਜੀ, ਛੁੱਟੀ ਨਹੀਂ ਕੀਤੀ ਜਾ ਸਕਦੀ ਕੰਮ ਤੋਂ, ਕਹਿੰਦੇ ਉੱਥੋਂ ਕੀ ਮਿਲਦੀ ਹੈ? ਬਸ
ਇਸਤਰੀ ਪੁਰਖ ਹੈ ਦਾਮ ਹਿੱਤ ਅਤੇ ਅੱਗੇ ਤਾਂ ਬਹੁਤ ਵੱਡਾ ਇਸ਼ਾਰਾ ਜੇ ਭਾਵੇਂ ਆਏ ਕਥਾਉਂ ਜਾਈ, ਇਹਦਾ ਅਰਥ ਬੜਾ ਗਹਿਰਾ ਹੈ। ਪੈਸਾ ਚਾਹੀਦਾ ਕੁਛ, ਭਾਵੇਂ ਕੁਛ ਕਿਤਿਆਂ ਵੀ ਮਿਲੇ ਅਤੇ ਲੋਕ ਇੱਥੋਂ ਤੱਕ ਵੀ ਚਲੇ ਗਏ ਨੇ, ਮਾਫ ਕਰ ਦਿਓ, ਲੋਕ ਔਰਤ ਅਤੇ ਮਰਦ ਇੱਥੋਂ ਤੱਕ ਵੀ ਚਲੇ ਗਏ ਵੀ ਪੈਸਾ ਆਉਣਾ ਚਾਹੀਦਾ ਭਾਵੇਂ ਕਿਸ ਤਰ੍ਹਾਂ ਹੀ ਆ ਜਾਏ। ਕਿਰਤ ਕਰਨ ਨੂੰ ਕਿਹਾ ਸੀ ਗੁਰੂ ਨੇ, ਮਗਰ ਇੰਨਾ ਵੀ ਪਾਗਲ ਹੋਣ ਨੂੰ ਨਹੀਂ ਸੀ ਕਿਹਾ ਵੀ ਆਪਣਾ ਸਭ ਕੁਛ ਦਾਅ 'ਤੇ ਲਾ ਕੇ ਵੀ ਤੁਸੀਂ ਪੈਸਾ ਲਿਆਓ। ਪੁਲਿਸ ਵਾਲਾ ਰਿਸ਼ਵਤੀ ਹੋ ਗਿਆ, ਜੱਜ ਰਿਸ਼ਤੀ ਹੋ ਗਏ, ਇਸਤਰੀ ਜੇ ਜੱਜ ਬਣੀ ਤਾਂ ਉਹ ਵੀ ਘੱਟ ਨਹੀਂ। ਆਖੋ ਵਾਹਿਗੁਰੂ, ਸਾਰੇ ਬੰਦੇ ਪੈਸੇ ਲਈ ਭਾਵੇਂ ਆਏ ਕਥਾਉਂ, ਕਥਾਉਂ ਦਾ ਮਤਲਬ ਨਹੀਂ ਕਥਾਂ ਤੋਂ, ਇੱਕ ਹੁੰਦਾ ਥਾਂ ਤੋਂ ਲੈਣਾ ਤਨਖਾਹ, ਇੱਕ ਹੁੰਦਾ ਕਥਾਂ। ਥਾਂ ਕਥਾਓਂ ਨਾ ਜਾਣੀ ਮੂਰਖ ਆਪਣੇ ਸਵਾਏ, ਮੂਰਖ ਆਪਣੇ ਸਵਾਰਥ ਲਈ ਇਹ ਵੀ ਨਹੀਂ ਪੁੱਛਦਾ ਆਹ ਪੈਸਾ ਲੈਣ ਵਾਲੀ ਜਗ੍ਹਾ ਹੈ, ਆਹ ਪੈਸਾ ਨਹੀਂ ਲੈਣ ਵਾਲਾ। ਉੱਥੇ ਇੱਕ ਚੰਡੀਗੜ੍ਹ ਦੇ ਵਿੱਚ ਡੀ ਆਈ ਜੀ ਸਾਹਿਬ ਸੀ, ਉਹ ਰਿਟਾਇਰ ਹੋਇਆ, ਆਖੋ ਵਾਹਿਗੁਰੂ। ਜਿੱਦਣ ਐੱਸ ਪੀ ਰੈਂਕ ਅਤੇ ਡੀ ਐੱਸ ਪੀ ਰੈਂਕ 'ਤੇ ਸੀ ਨਾ, ਚੰਡੀਗੜ੍ਹ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ, ਕਿਸੇ ਦਾ ਪੁੱਤ ਮਰਿਆ ਪਿਆ ਹੁੰਦਾ ਸੀ ਅਤੇ ਉਹਦੀ ਮਾਂ ਆਣ ਕੇ ਪਰਿਵਾਰ ਕਹਿੰਦਾ ਵੀ ਸਾਡੇ ਬੱਚੇ ਦਾ ਪਰਚਾ ਨੋਟ ਕਰੋ, ਸਾਡੇ ਬੱਚੇ ਨੂੰ ਕੋਈ ਮਾਰ ਗਿਆ, ਕਹਿੰਦਾ ਪੈਸੇ ਰੱਖੋ, ਪੈਸੇ ਰੱਖੋ। ਅਗਲੇ ਦਾ ਪੁੱਤ ਸੜਕ 'ਤੇ ਮਰਿਆ ਪਿਆ ਅਤੇ ਉਹ ਕੀ ਕਹਿ ਰਿਹਾ, ਪੈਸਾ ਰੱਖੋ। ਇੰਨਾ ਪੈਸਾ ਖਾਣ ਵਾਲੇ ਦੇ ਘਰ ਫਿਰ ਰੱਬ ਨੇ ਦੋ ਪੁੱਤ ਦਿੱਤੇ, ਪਹਿਲੋਂ ਤਾਂ ਹੈ ਹੀ ਨਹੀਂ ਸੀ ਅਤੇ ਦੋਵੇਂ ਹੀ ਪੁੱਤ ਪਾਗਲ ਅਜੇ ਵੀ ਜੀਂਦੇ ਨੇ, ਰਜਿੰਦਰਾ ਹੋਸਪਿਟਲ ਦੇ ਵਿੱਚ ਨੇ, ਮੂੰਹ 'ਚੋਂ ਲਾਲਾਂ ਮਗਦੀਆਂ ਰਹਿੰਦੀਆਂ, ਇਤਨਾ ਇਤਨਾ ਆਪਣੇ ਆਪ ਨੂੰ ਨਹੁੰਆਂ ਦੇ ਨਾਲ ਖੁਰਚਦੇ ਰਹਿੰਦੇ ਨੇ। ਇਹ ਰਿਸ਼ਵਤ ਦਾ ਪੈਸਾ ਅਤੇ ਕਥਾਂ ਦਾ ਪੈਸਾ ਰੰਗ ਲਿਆਉਂਦਾ ਜੇ, ਆਹ ਹੱਥ ਜੋੜ ਕੇ ਵੇ ਮੈਨੂੰ, ਮੈਂ ਕਿਸੇ ਨੂੰ ਕਿਹਾ ਇੱਥੇ ਤਾਂ ਕੋਈ ਨਹੀਂ ਕਰਦਾ ਇਹੋ ਜਿਹੀ ਬੇਈਮਾਨੀ, ਸੁਣਿਓ ਰਣਜੀਤ ਸਿੰਘ ਜੀ, ਇੱਥੇ ਤਾਂ ਬੇਈਮਾਨੀ ਕੋਈ ਨਹੀਂ ਕਰਦਾ, ਕਹਿੰਦਾ ਕਰਦੇ ਜੇ, ਆਹ ਸਟੂਡੈਂਟਾਂ ਦਾ ਖੂਨ ਪੀਂਦੇ ਜੇ ਲੋਕ, ਇਹਨਾਂ ਵਿਚਾਰਿਆਂ ਦੇ ਪੈਸੇ ਖਾਂਦੇ ਜੇ ਲੋਕ ਜਿਹੜੇ ਇਹਨਾਂ ਕੋਲੋਂ ਕੰਮ ਲੈਂਦੇ ਨੇ, ਆਹ ਜਿਹੜੀਆਂ ਟਿਮ ਹੋਟਲ 'ਤੇ ਅਤੇ ਦੂਸਰੇ ਇੱਕ ਥਾਂ 'ਤੇ ਦੂਸਰੀਆਂ ਬੱਚੀਆਂ ਕੰਮ ਕਰਦੀਆਂ, ਇਹਨਾਂ ਦੀ ਤਨਖਾਹ ਵਿੱਚੋਂ ਪੈਸੇ ਖਾਂਦੇ ਨੇ ਲੋਕ, ਕਿੱਥੇ ਲੈ ਜਾਓਗੇ, ਕਿੱਥੇ ਲੈ ਜਾਓਗੇ? ਖਾਣੀ ਤਾਂ ਦੋ ਡੰਗ ਦੀ ਰੋਂਡੀ ਹੈ ਨਾ। ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਈ, ਅਤੇ ਫਿਰ ਬਾਬੇ ਨੇ ਨਿਚੋੜ ਕੱਢਿਆ, ਵਰਤਿਆ ਪਾਪ ਸਭ ਸਜਗ ਮਾਈ, ਸਾਰੇ ਜਗਤ ਵਿੱਚ ਕੀ ਵਰਤ ਗਿਆ, ਪਾਪ ਹੀ ਪਾਪ ਆ ਗੁਰੂ ਕੇ ਸਿੱਖੋ। ਇੱਥੇ ਆਇਆ ਕਰੋ, ਰੋਟੀ ਚਾਰ ਨਾ ਖਾ ਲਓ, ਲੱਸੀ ਦੇ ਘੁੱਟ ਨਾ ਖਾ ਲਓ, ਮਗਰ ਬੇਈਮਾਨੀ ਨਾ ਕਰਨੀ। ਜੈਸਾ ਖਾਓਗੇ ਉਹ ਸੁਰਤ ਵਿੱਚ ਪੈਦਾ ਹੋਣਾ, ਬੇਈਮਾਨੀ ਦਾ ਪੈਸਾ ਖਾਓਗੇ ਅਤੇ ਸੁਰਤ ਵਿੱਚ ਬੇਈਮਾਨੀ ਪੈਦਾ ਹੋਣੀ, ਧਰਮ ਦਾ ਪੈਸਾ ਖਾਓਗੇ ਹੱਕ ਹਲਾਲ ਦਾ ਅਤੇ ਇਹਦੇ ਅੰਦਰ ਰੱਬ ਦੀ ਆਵਾਜ਼ ਆਊਗੀ, ਭੁੱਲਾਂ ਨਾ ਚਿਤਾਰਨੀਆਂ। ਕੱਲ੍ਹ ਦਾ ਇੱਕ ਦੀਵਾਨ ਹੋਰ ਆਪ ਜੀ ਦਾ ਸਤਿਗੁਰੂ ਕਿਰਪਾ ਕਰਨਗੇ, ਹੁਕਮ ਹੋਇਆ ਕਮੇਟੀ ਦਾ ਵੀ ਆਪ ਜੀ ਦਾ, ਸਤਸੰਗਤ ਵੱਲੋਂ ਬਹੁਤ ਸਾਰੇ ਫੋਨ ਆ ਗਏ ਵੀ ਕੱਲ੍ਹ ਵੀ ਤੁਸੀਂ ਵਿਹਲੇ ਹੋ ਕਰਕੇ, ਪਰਸੋਂ ਦੀ ਫਲਾਈਟ ਆ, ਕੱਲ੍ਹ ਆਪ ਜੀ ਦੇ ਦਰਸ਼ਨ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।